ਤੁਸੀਂ ਵੇਖ ਰਹੇ ਹੋ ਜੈਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਰੋਜ਼ਾਨਾ ਇਸ ਮੰਜੇ ਦੇ ਉੱਤੇ ਆਉਂਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਉਹਨਾਂ ਸਾਰੇ ਅਹਿਮ ਮਸਲਿਆਂ ਦੇ ਉੱਤੇ ਵਿਚਾਰ ਕਰ ਸਕੀਏ। ਅੱਜ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਉਸੇ ਮਸਲੇ ਦੇ ਉੱਤੇ ਗੱਲ ਕਰਾਂਗੇ ਜੋ ਕਿ ਕੱਲ੍ਹ ਯਾਨੀ ਕਿ ਤੁਹਾਡੇ ਸਾਹਮਣੇ ਜਦ ਉਹ ਅਸੀਂ ਵਿਚਾਰ ਰੱਖੇ ਸੀਗੇ, ਜਿੱਥੇ ਅਸੀਂ ਕੋਸ਼ਿਸ਼ ਕੀਤੇ ਸੀਗੇ ਕਿ ਅਸੀਂ ਹਜੇ ਵੀ ਉਹਨਾਂ ਸਾਰੇ ਮੁਕਾਮਾਂ ਨੂੰ ਹਾਸਿਲ ਕਰਨਾ ਚਾਹੁੰਦੇ ਹਾਂ ਜੋ ਕਿ ਅਸੀਂ ਅਮੈਰੀਕਾ ਦੀ ਧਰਤੀ ਦੇ ਉੱਤੇ ਆ ਕੇ ਸੋਚੇ ਸੀਗੇ, ਔਰ ਜਦ ਅਸੀਂ ਇਸ ਧਰਤੀ ਦੇ ਉੱਤੇ ਆਏ ਸੀਗੇ ਤਾਂ ਕਈ ਸਾਰੇ ਅਹਿਮ ਮਸਲੇ ਅਸੀਂ ਪਿੱਛੇ ਛੱਡ ਕੇ ਆਏ ਸੀਗੇ ਔਰ ਕਈ ਸਾਰੇ ਚੈਲੰਜਸ ਸਾਨੂੰ ਇੱਥੇ ਵੀ ਵੇਖਣ ਨੂੰ ਮਿਲਦੇ ਸੀਗੇ। ਯਾਦ ਹੈ ਕਿ ਜਦ ਪਹਿਲੀ ਵਾਰ ਸਿੱਖਾਂ ਨੇ ਆਪਣੀ ਰਿਕੋਗਨੀਸ਼ਨ ਹਾਸਿਲ ਕਰਨ ਦੇ ਲਈ ਇੱਥੇ ਕਈ ਸਾਰੇ ਵੱਡੇ ਪੱਧਰ 'ਤੇ ਕੰਮ ਕੀਤੇ ਔਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੇ ਲਈ ਅਹਿਮ ਯੋਗਦਾਨ ਵੀ ਪਾਇਆ, ਕਈ ਸਾਰੇ ਵੱਖ ਵੱਖ ਕਮਿਊਨਿਟੀ ਦੇ ਵਿੱਚ ਅੰਦਰ ਗਏ, ਉਹਨਾਂ ਨੂੰ ਦੱਸਿਆ ਕਿ ਅਸੀਂ ਕੌਣ ਹਾਂ। ਲੇਕਿਨ ਅੱਜ ਜਿੱਥੇ ਅਸੀਂ ਵੱਡੇ ਪੱਧਰ 'ਤੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਔਰ ਉਹਨਾਂ ਸਾਰੇ ਸ਼ਹੀਦਾਂ ਨੂੰ ਅਤੇ ਮਾਤਾ ਗੁਜਰੀ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਅਸੀਂ ਵੱਖ ਵੱਖ ਪ੍ਰੋਗਰਾਮ ਤਾਂ ਰੱਖ ਰਹੇ ਹਾਂ, ਉਹ ਜ਼ਰੂਰੀ ਹੈ, ਅਸੀਂ ਮੰਨਦੇ ਹਾਂ ਇਸ ਗੱਲ ਨੂੰ ਔਰ ਇਹ ਮੰਚ ਵੀ ਹਮੇਸ਼ਾ ਉਹਨਾਂ ਸਾਰੇ ਅਦਾਰਿਆਂ ਦੀ ਸ਼ਲਾਘਾ ਕਰਦਾ ਹੋਇਆ ਨਜ਼ਰ ਆਇਆ ਜਦ ਵੀ ਕਿਸੇ ਨੇ ਕੁਝ ਹਟ ਕੇ ਕੰਮ ਕੀਤਾ ਜਾਂ ਫਿਰ ਰਿਕੋਗਨੀਸ਼ਨ ਦੇ ਲਈ ਉਹ ਵਚਨਬੰਦ ਹੋਏ। ਲੇਕਿਨ ਸੁਪਨਾ ਸਾਡੇ ਜ਼ਹਿਨ ਦੇ ਵਿੱਚ ਹਮੇਸ਼ਾ ਰਹਿੰਦਾ ਸੀਗਾ ਔਰ ਅੱਜ ਵੀ ਸਾਡੇ ਜ਼ਹਿਨ ਦੇ ਵਿੱਚ ਇਹੀ ਸੁਪਨਾ ਹੈ ਕਿ ਅਸੀਂ ਕਿਵੇਂ ਆਪਣੇ ਆਪ ਨੂੰ ਹੋਰ ਬੁਲੰਦ ਕਰ ਸਕਦੇ ਹਾਂ ਇਸ ਧਰਤੀ ਦੇ ਉੱਤੇ। ਜਿਹੜੇ ਮੋਰਲ ਸਿਧਾਂਤ ਸੀਗੇ, ਜਿਹੜੇ ਬੇਸਿਕ ਪ੍ਰਿੰਸੀਪਲ ਸੀਗੇ ਸਾਡੇ ਸਾਰੇ ਸ਼ਹੀਦਾਂ ਦੇ, ਉਹ ਸਾਨੂੰ ਆਖਿਰਕਾਰ ਸਿਖਾਉਂਦੇ ਕੀ ਹਨ, ਉਹ ਸਾਨੂੰ ਯਾਦ ਕੀ ਕਰਵਾਉਂਦੇ ਹਨ, ਕੀ ਅਸੀਂ ਉਹਨਾਂ ਨੂੰ ਯਾਦ ਰੱਖਦੇ ਹਾਂ ਕਿ ਕਦੀ ਕਦਾਰ ਅਸੀਂ ਉਹਨੂੰ ਭੁੱਲ ਜਾਂਦੇ ਹਾਂ। ਇਹ ਸਵਾਲ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਕਿੱਥੇ ਨਾ ਕਿੱਥੇ ਜਗ੍ਹਾ ਬਣਾਉਂਦੇ ਹਨ। ਮੈਨੂੰ ਪਤਾ ਕਿ ਕਈ ਸਾਰੇ ਸਾਡੇ ਜਿਹੜੇ ਦਰਸ਼ਕ ਹਨ ਜਦ ਅਸੀਂ ਫੀਲਡ ਦੇ ਉੱਤੇ ਜਾਂਦੇ ਹਾਂ ਤਾਂ ਉਹਨਾਂ ਦੇ ਜਿਹੜੇ ਤਰਕ ਪ੍ਰਤੀਕਰਮ, ਉਹਨਾਂ ਦੇ ਵਿਚਾਰ ਅਸੀਂ ਸੁਣਦੇ ਹਾਂ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਵਾਚ ਕਰਦੇ ਹੋ ਔਰ ਤੁਸੀਂ ਸਾਡੇ ਤੋਂ ਵੀ ਉਮੀਦਾਂ ਲਗਾ ਕੇ ਰੱਖਦੇ ਹੋ ਕਿ ਅਸੀਂ ਇਹ ਪ੍ਰੋਗਰਾਮ ਵੀ ਲੈ ਕੇ ਆਈਏ। ਤੁਸੀਂ ਮੈਨੂੰ ਈਮੇਲ ਵੀ ਭੇਜਦੇ ਹੋ, ਅਸੀਂ ਜ਼ਰੂਰ ਵਿਚਾਰ ਵੀ ਕਰਦੇ ਹਾਂ ਕਿ ਅਸੀਂ ਇਹ ਪ੍ਰੋਗਰਾਮ ਤੁਹਾਡੇ ਸਾਹਮਣੇ ਰੱਖੀਏ। ਲੇਕਿਨ ਜਿਹੜਾ ਵੀਕ ਅਸੀਂ ਹੁਣ ਬਣਾਉਣ ਜਾਵਾਂਗੇ, ਇਸ ਵੀਕ ਦੇ ਵਿੱਚ ਜਿੱਥੇ ਅਸੀਂ ਲਸਾਨੀ ਸ਼ਹਾਦਤਾਂ ਨੂੰ ਯਾਦ ਕਰਾਂਗੇ, ਲੇਕਿਨ ਜ਼ਮੀਨੀ ਪੱਧਰ 'ਤੇ ਅਸੀਂ ਕਿਹੜੇ ਕਿਹੜੇ ਚੈਲੰਜਸ ਹਜੇ ਵੀ ਫੇਸ ਕਰ ਰਹੇ ਹਾਂ। ਅੱਜ ਸਾਡੇ ਬੱਚੇ ਇੱਥੇ ਬੋਰਨ ਐਂਡ ਰੇਜ਼ ਹੋ ਰਹੇ ਨੇ ਕਿ ਅਸੀਂ ਉਹਨਾਂ ਸਿਧਾਂਤਾਂ ਦੇ ਉੱਤੇ ਬੱਚਿਆਂ ਨੂੰ ਲੈ ਕੇ ਜਾ ਰਹੇ ਹਾਂ। ਕਈ ਸਾਰੀ ਮੂਵੀਜ਼ ਔਰ ਕਈ ਸਾਰੀ ਹਿਸਟਰੀਜ਼ ਜਿਹੜੀ ਛੋਟੇ ਸਾਹਿਬਜ਼ਾਦਿਆਂ ਨੂੰ, ਵੱਡੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰੀ ਨੂੰ ਅਤੇ ਉਹਨਾਂ ਸਾਰੇ ਸ਼ਹੀਦਾਂ ਨੂੰ ਯਾਦ ਕਰਾਉਂਦੀ ਹੈ ਕਿ ਅਸੀਂ ਉਹ ਬੱਚਿਆਂ ਨੂੰ ਦੱਸਣ ਦੇ ਵਿੱਚ ਕਾਮਯਾਬ ਹੋ ਵੀ ਰਹੇ ਹਾਂ ਕਿ ਨਹੀਂ। ਅਗਰ ਹੋ ਵੀ ਰਹੇ ਹਾਂ ਤਾਂ ਕੀ ਸਾਡੇ ਬੱਚੇ ਉਹਨਾਂ ਸਿਧਾਂਤਾਂ ਦੇ ਉੱਤੇ ਚੱਲ ਰਹੇ ਹਨ, ਉਹਨਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰ ਰਹੇ ਹਨ? ਅਗਰ ਕਰ ਰਹੇ ਹਨ ਤਾਂ ਫਿਰ ਉਹ ਕਿਵੇਂ ਆਪਣੀ ਕੌਮ ਦੇ ਬਾਰੇ, ਆਪਣੇ ਰਿਲੀਜਨ ਦੇ ਬਾਰੇ ਉਹ ਜਾ ਕੇ ਸਕੂਲ ਦੇ ਵਿੱਚ ਆਪਣੇ ਦੋਸਤਾਂ ਨੂੰ ਦੱਸ ਰਹੇ ਹਨ? ਕਿਉਂਕਿ ਜਦ ਉਹਨਾਂ ਦਾ ਹੋਮਵਰਕ ਪੂਰਾ ਹੋਏਗਾ, ਕਿਉਂਕਿ ਅੱਜ ਤ੍ਰਾਸਦੀ ਇਹ ਹੈਗੀ ਹੈ ਅਮੈਰੀਕਾ ਦੇ ਵਿੱਚ ਕਿ ਸਕੂਲਾਂ ਦੇ ਵਿੱਚ ਅੱਜ ਵੀ ਡਿਸਕ੍ਰਿਮੀਨੇਸ਼ਨ ਔਰ ਬੁਲਿੰਗ ਵੱਡੇ ਪੱਧਰ 'ਤੇ ਹੋ ਰਹੀ ਹੈ। ਕਹਿੰਦੇ ਸ਼ੁਰੂਆਤ ਘਰ ਤੋਂ ਹੁੰਦੀ ਹੈ, ਪਹਿਲੇ ਸਾਨੂੰ ਆਪਣੇ ਬੱਚਿਆਂ ਨੂੰ ਐਜੂਕੇਟ ਕਰਨ ਦੀ ਲੋੜ ਹੈ, ਉਸ ਤੋਂ ਬਾਅਦ ਜਿਹੜੇ ਸਾਡੇ ਬੱਚੇ ਨੇ ਉਹ ਜਾ ਕੇ ਵੱਖ ਵੱਖ ਕਮਿਊਨਿਟੀ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਨੂੰ ਐਜੂਕੇਟ ਕਰਨਗੇ ਕਿ ਹੂ ਵੀ ਆਰ ਐਂਡ ਵਾਈ ਵੀ ਟਾਈ ਟਰਬਨ ਐਂਡ ਵਾਈ ਵੀ ਹੈਵ ਦਿਸ ਕਾਇੰਡ ਆਫ ਅਪੀਅਰੈਂਸ। ਛੋਟੇ ਸਾਹਿਬਜ਼ਾਦਿਆਂ ਦੇ ਵਿੱਚ ਉਹ ਜਜ਼ਬਾ, ਉਹ ਬਲ, ਉਹ ਤਾਕਤ, ਉਹ ਹਿੰਮਤ, ਉਹ ਸੁੰਦਰਤਾ, ਉਹ ਨਿਡਰਤਾ ਕਿਵੇਂ ਆਈ ਸੀਗੀ? ਅਸੀਂ ਸਾਰੇ ਜਾਣਦੇ ਹਾਂ ਕਿ ਉਹ ਵਿਰਾਸਤ ਦੇ ਵਿੱਚ ਉਹਨਾਂ ਨੂੰ ਮਿਲੀ ਸੀਗੀ, ਲੇਕਿਨ ਅੱਜ ਵਿਰਾਸਤ ਦੇ ਵਿੱਚ ਵੀ ਸਾਨੂੰ ਕੁਝ ਮਿਲਿਆ। ਲੇਕਿਨ ਮੈਨੂੰ ਬੜੇ ਹੀ ਅਫਸੋਸ ਦੇ ਨਾਲ ਕਹਿਣਾ ਪੈਂਦਾ, ਮੈਂ ਇੱਥੇ ਕਿਸੇ ਨੂੰ ਵੀ ਪੁਆਇੰਟ ਆਊਟ ਨਹੀਂ ਕਰ ਰਿਹਾ, ਲੇਕਿਨ ਇਹ ਤ੍ਰਾਸਦੀ ਹੈ ਸਾਡੀ ਕੌਮ ਦੀ। ਅੱਜ ਅਸੀਂ ਵੱਖ ਵੱਖ ਥਾਵਾਂ ਦੇ ਉੱਤੇ
ਗੁਰਦੁਆਰਾ ਸਾਹਿਬਾਨਾਂ ਦੇ ਨਿਰਮਾਣ ਤਾਂ ਕਰ ਰਹੇ ਹਾਂ, ਲੇਕਿਨ ਜਿਹੜੀ ਸਭ ਤੋਂ ਅਹਿਮ ਚੀਜ਼ ਨਿਰਮਾਣ ਕਰਨ ਦੀ ਹੈ ਉਹਨੂੰ ਅਸੀਂ ਭੁੱਲ ਹੀ ਰਹੇ ਹਾਂ। ਅਸੀਂ ਲੰਗਰ ਲਾ ਰਹੇ ਹਾਂ, ਜ਼ਰੂਰੀ ਹੈ, ਲੇਕਿਨ ਲੰਗਰ ਕਿਸ ਚੀਜ਼ ਦਾ ਲਾਉਣਾ ਚਾਹੀਦਾ ਉਹ ਵੀ ਬੇਹੱਦ ਜ਼ਰੂਰੀ ਹੈ। ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਸਾਨੂੰ ਕਿਹਾ ਜਾਂਦਾ ਕਿ ਅਸੀਂ ਵਰਲਡ ਦੇ 5th ਲਾਰਜੈਸਟ ਰਿਲੀਜਨ ਹਾਂ ਔਰ 2% ਹੈਗੇ ਹਾਂ, ਔਰ ਬੜੇ ਜਜ਼ਬੇ ਦੇ ਨਾਲ ਅਸੀਂ ਕੈਨੇਡਾ, ਅਮੈਰੀਕਾ, US ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ, UK ਦੇ ਵਿੱਚ, ਨਿਊਜ਼ੀਲੈਂਡ, ਆਸਟ੍ਰੇਲੀਆ, ਮਿਡਲ ਈਸਟ ਚਲੇ ਜਾਈਏ ਤਾਂ ਅਸੀਂ ਹਰ ਥਾਂ ਦੇ ਉੱਤੇ ਜਾ ਕੇ ਵਸੇ ਹਾਂ। ਹਰ ਥਾਂ ਦੇ ਉੱਤੇ ਜਾ ਕੇ ਅਸੀਂ ਆਪਣੇ ਇਸ ਜਜ਼ਬੇ ਨੂੰ ਕਾਇਮ ਕੀਤਾ, ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਦੀ ਉਸ ਗੱਲ ਨੂੰ ਅਸੀਂ ਜਾ ਕੇ ਵੱਖ ਵੱਖ ਥਾਵਾਂ ਦੇ ਉੱਤੇ ਆਪਾਂ ਜਾ ਕੇ ਬੋਲੀ ਹੈ। ਪਰ ਸਾਡੇ ਨਾਲ ਇੱਕ ਹੋਰ ਵੀ, ਮੈਂ ਕਿਉਂ ਰਿਲੇਟ ਕਰਦਾ, ਕਿਉਂਕਿ ਉਹ ਬੇਸਿਕ ਪ੍ਰਿੰਸੀਪਲ ਨੂੰ ਫੋਲੋ ਕਰਦੇ ਹਨ, ਇੱਕ ਹੋਰ ਵੀ ਭਾਈਚਾਰਾ ਹੈਗਾ, ਇੱਕ ਹੋਰ ਵੀ ਕਮਿਊਨਿਟੀ ਹੈ ਜੋ ਸਾਡੇ ਤੋਂ ਘੱਟ ਹੈ ਔਰ ਪੂਰੇ ਵਰਲਡ ਦੇ ਵਿੱਚ ਰਾਜ ਕਰ ਰਹੀ ਹੈ, ਤੁਸੀਂ ਬਖੂਬੀ ਜਾਣਦੇ ਹੋ ਉਹ ਕਿਉਂ ਕਰ ਰਹੇ ਹਨ। ਅੱਜ ਇਸ ਗੱਲ ਨੂੰ ਵੀ ਮੈਂ ਜ਼ਰੂਰ ਕਹਾਂਗਾ, ਕੈਲੀਫੋਰਨੀਆ, ਇੰਡੀਅਨਐਪਲਿਸ, ਮਿਸ਼ੀਗਨ, ਕੈਂਸਸ, ਡਿਮੋਇਨਸ, ਕਿਸੇ ਵੀ ਸਟੇਟ ਦਾ ਤੁਸੀਂ ਨਾਮ ਲਓ, ਅਸੀਂ ਜਦ ਟੂਰ ਕੀਤਾ ਸੀਗਾ ਅਸੀਂ ਇੱਥੋਂ ਦੀ ਸ਼ੁਰੂਆਤ ਕਰਦੇ ਹੋਏ ਪਹੁੰਚੇ ਸੀਗੇ ਸਿਨਸਿਨੈਟੀ, ਓਹਾਇਓ, ਸ਼ਿਕਾਗੋ, ਡਿਮੋਇਨਸ, ਕੈਂਸਸ, ਉਸ ਤੋਂ ਬਾਅਦ ਅਸੀਂ ਪਹੁੰਚੇ ਡੈਨਵਰ, ਯੂਟਾ, ਰੀਨੋ, ਫਿਰ ਅਸੀਂ ਪਹੁੰਚੇ ਸੈਕਰਾਮੈਂਟੋ, ਆਪਾਂ ਪਹੁੰਚੇ ਯੂਬਾ ਸਿਟੀ, ਬੇ ਏਰੀਆ, ਫਰੈਜ਼ਨੋ, ਬੇਕਰਸਫੀਲਡ, LA, ਫੀਨਿਕਸ, ਐਰੀਜ਼ੋਨਾ ਤੋਂ ਬਾਅਦ ਸਾਡੀ ਟੀਮ ਪਹੁੰਚੀ ਜੀ ਡੈਲਸ, ਟੈਕਸਸ, ਹਿਊਸਟਨ, ਟੈਕਸਸ, ਮਿਸਿਸਿਪੀ, ਐਟਲਾਂਟਾ, ਜੋਰਜੀਆ, ਐਟਲਾਂਟਾ, ਜੋਰਜੀਆ ਤੋਂ ਹੁੰਦੇ ਹੋਏ ਅਸੀਂ ਨੌਰਥ ਕੈਰੋਲੀਨਾ ਹੋ ਕੇ ਨਿਊਯਾਰਕ ਵਾਪਸ ਆਏ। ਲੇਕਿਨ ਇਹਨਾਂ ਸਾਰੀ ਸਟੇਟਾਂ ਦੇ ਵਿੱਚ ਅਗਰ ਕੋਈ ਕਮੀ, ਮੈਂ ਇਹ ਜ਼ਰੂਰ ਕਹਾਂਗਾ, ਲੱਗੀ ਤਾਂ ਉਹ ਇਹੀ ਲੱਗੀ ਕਿ ਅਸੀਂ 52 ਸਟੇਟਾਂ ਦੇ ਵਿੱਚ ਅੱਜ ਵੀ ਸਕੂਲ ਨਹੀਂ ਬਣਾ ਸਕੇ। ਗੁਰਦੁਆਰੇ ਬਣਾਏ ਲੇਕਿਨ ਸਕੂਲ ਨਹੀਂ ਬਣਾਏ। ਜੇ ਅੱਜ ਉਹ ਸਕੂਲ ਬਣੇ ਹੁੰਦੇ ਤਾਂ ਸਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਬੁਲਿੰਗ ਨਾ ਹੁੰਦੀ, ਡਿਸਕ੍ਰਿਮੀਨੇਸ਼ਨ ਨਾ ਹੁੰਦਾ ਔਰ ਉਹਨਾਂ ਨੂੰ ਆਪਣੇ ਬੇਸਿਕ ਪ੍ਰਿੰਸੀਪਲ ਪਤਾ ਹੁੰਦੇ। ਮੈਂ ਇਸ ਮੰਚ ਦੇ ਉੱਤੇ ਇਹ ਪ੍ਰੋਗਰਾਮ ਕਿਉਂ ਲੈ ਕੇ ਆਇਆ, ਕਿਉਂਕਿ ਮੇਰੇ ਨਾਲ ਅੱਜ ਇੱਕ ਬਹੁਤ ਵੱਡਾ ਹਾਦਸਾ ਵਾਪਰਿਆ। ਜਦ ਮੈਂ ਸਟੂਡੀਓ ਆ ਰਿਹਾ ਸੀਗਾ, ਮੈਂ ਅਕਸਰ ਟ੍ਰੇਨ ਦੇ ਉੱਤੇ ਟਰੈਵਲ ਕਰਦਾ ਆਪਣੇ ਘਰ ਤੋਂ ਸਟੂਡੀਓ ਵੱਲ, ਲੇਕਿਨ ਮੈਂ ਜਦ ਕਿਸੇ ਕੰਮ ਤੋਂ ਆਫਿਸ ਪਹੁੰਚ ਰਿਹਾ ਸੀਗਾ, ਸਟੂਡੀਓ ਪਹੁੰਚ ਰਿਹਾ ਸੀਗਾ, ਅਤੇ ਇੱਕ ਪੜ੍ਹਿਆ ਲਿਖਿਆ ਗੋਰਾ ਟ੍ਰੇਨ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਸਾਹਮਣੇ ਖੜਿਆ ਹੋਇਆ ਸੀਗਾ। ਉਹਨੇ, ਇਹ ਨਹੀਂ ਕਹਾਂਗਾ ਕਿ ਮੇਰੇ ਨਾਲ ਹੋ ਗਿਆ ਅਤੇ ਮੈਂ ਇਹਨੂੰ ਪਰਸਨਲ ਇਸ਼ੂ ਬਣਾ ਰਿਹਾ, ਅਗਰ ਮੇਰੇ ਨਾਲ ਹੋ ਸਕਦਾ ਹੈ ਤਾਂ ਮੈਂ ਇਸ ਗੱਲ ਨੂੰ ਅਹਿਸਾਸ ਕਰ ਸਕਦਾ ਕਿ ਇਹ ਤੁਹਾਡੇ ਨਾਲ ਵੀ ਹੁੰਦਾ ਹੋਵੇਗਾ, ਕਿਉਂਕਿ ਘਾਟ ਐਜੂਕੇਸ਼ਨ ਦੀ ਹੈ। ਉਹਨੇ ਜੋ ਜੋ ਗੱਲਾਂ ਮੈਨੂੰ ਕਹੀਆਂ ਬਹੁਤ ਸਾਰੀ ਆਪੱਤੀਜਨਕ ਸੀਗੀਆਂ, ਲੇਕਿਨ ਮੈਂ ਉਸ ਗੱਲ ਨੂੰ ਨਹੀਂ ਕਹਿ ਸਕਦਾ TV ਦੇ ਉੱਤੇ, ਲੇਕਿਨ ਮੈਂ ਇਸ ਗੱਲ ਨੂੰ ਜ਼ਰੂਰ ਕਹਿ ਸਕਦਾ ਉਹ ਅੱਜ ਵੀ ਸਮਝਦੇ ਹਨ ਕਿ ਅਸੀਂ ਇਸਲਾਮ ਧਰਮ ਨੂੰ ਫੋਲੋ ਕਰਦੇ ਹਨ, ਵੀ ਆਰ ਇਸਲਾਮਿਕ। ਬਕਾਇਦਾ ਉਹਨੇ ਮੈਨੂੰ ਇਹ ਵੀ ਕਹਿਤਾ ਕਿ ਗੋ ਬੈਕ ਟੂ ਯੂਰ ਕੰਟਰੀ, ਵੀ ਡੋਂਟ ਬਿਲੀਵ ਇਨ ਯੂਰ ਇਮੈਜਿਨਰੀ ਗੋਡ, ਔਰ ਵੀ ਕਈ ਸਾਰਾ ਉਹਨੇ ਮੈਨੂੰ ਕਰਸ ਕੀਤਾ, ਲੇਕਿਨ ਮੈਂ ਉਹਨੂੰ ਬੜੇ ਹੀ ਪਿਆਰ ਦੇ ਨਾਲ ਹੱਸ ਕੇ, ਸਮਾਈਲ ਕਰਕੇ, ਆਪਣਾ ਲਵ ਐਂਡ ਕਰੇਜ ਦਾ ਜਿਹੜਾ ਸਿਧਾਂਤ ਹੈ ਉਹੀ ਫੋਲੋ ਕੀਤਾ ਔਰ ਉਹਨੂੰ ਦੱਸਿਆ ਕਿ ਹੂ ਵੀ ਆਰ। ਲੇਕਿਨ ਉਹ ਫਿਰ ਵੀ ਮੈਨੂੰ ਕਰਸ ਕਰਤਾ ਗਿਆ, ਅਸੀਂ ਬਕਾਇਦਾ ਉਹਦਾ ਸਟਿੰਗ ਵੀ ਕੀਤਾ, ਲੇਕਿਨ ਉਸ ਸਟਿੰਗ ਨੂੰ ਬਿਕੋਜ਼ ਆਫ ਲੀਗਲ ਰਾਈਟਸ TV ਦੇ ਉੱਤੇ ਨਹੀਂ ਦਿਖਾ ਸਕਦੇ, ਲੇਕਿਨ ਅਗਰ ਲੋੜ ਪਏਗੀ ਆਈ ਵਿਲ ਡੈਫੀਨੇਟਲੀ ਫਾਈਲ ਅ ਕੇਸ, ਔਰ ਆਈ ਵਿਲ ਫਾਈਲ ਅ ਕੇਸ, ਬਿਕੋਜ਼ ਕੇਸ ਕਰਕੇ ਮੈਨੂੰ ਕੀ ਪ੍ਰਾਪਤੀ ਹੋਏਗੀ। ਕਿਸੇ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਮੈਨੂੰ ਇਸ ਗੱਲ ਨੂੰ ਦੱਸਿਆ ਕਿ ਆਪਾਂ ਕੀ ਅਚੀਵ ਕਰ ਸਕਦੇ ਹਾਂ, ਅਤੇ ਅਟਰਨੀ ਨਾਲ ਜਦ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਇਹ ਡਾਕੂਮੈਂਟ ਕਰ ਲੈਣਾ ਚਾਹੀਦਾ ਸੀਗਾ। ਮੈਂ ਕਿਹਾ ਅਟਰਨੀ, ਮੈਂ ਡਾਕੂਮੈਂਟ ਕਰ ਲਈ ਹੈ ਇਸ ਗੱਲ ਨੂੰ, ਅਤੇ ਕਹਿੰਦੇ ਤੁਸੀਂ ਕੀ ਚਾਹੁੰਦੇ ਹੋ, ਮੈਂ ਚਾਹੁੰਦਾ ਕਿ ਅਸੀਂ ਇਸ ਕੇਸ ਨੂੰ ਅੱਗੇ ਲੈ ਕੇ ਜਾਈਏ, ਪਰ ਕਿ ਸਾਨੂੰ ਕਾਮਯਾਬੀ ਹਾਸਿਲ ਹੋਏਗੀ ਉਹਦੇ 'ਤੇ ਮਨ ਦੇ ਵਿੱਚ ਸਾਡੇ ਲਈ ਹੋਰ ਰੋਸ਼ ਪੈਦਾ ਹੋ ਜਾਏਗਾ ਕਿ ਮੈਂ ਉਹਨੂੰ ਜੇਲ੍ਹ ਕਰਵਾਤੀ ਜਾਂ ਫਿਰ ਮੈਂ ਉਹਨੂੰ ਇਸ ਦੇ ਉੱਤੇ ਸਜ਼ਾ ਕਰਵਾਤੀ। ਲੇਕਿਨ ਬਹੁਤ ਵਧੀਆ ਸੁਝਾਅ ਮੇਰੇ ਸਾਹਮਣੇ ਆਇਆ। ਕਦੀ ਕਵਾਰ ਅਸੀਂ ਡਰ ਜਾਂਦੇ ਹਾਂ ਕਿ ਅਸੀਂ ਕਹਿੰਦੇ ਛੱਡ ਪਰਾਂ ਕੀ ਕਰਨਾ ਸਾਨੂੰ,
ਲੇਕਿਨ ਜਦ ਮੈਂ ਆਪਣੇ ਫਰੈਂਡ ਦੇ ਨਾਲ ਇਸ ਗੱਲ ਨੂੰ ਡਿਸਕਸ ਕੀਤਾ ਤਾਂ ਉਹਨੇ ਮੈਨੂੰ ਕਿਹਾ ਕਿ ਸੇਮ ਚੀਜ਼ ਸੇਮ ਹੇਟ ਕ੍ਰਾਈਮ ਮੇਰੇ ਨਾਲ ਵੀ ਹੋਇਆ ਸੀਗਾ। ਮੈਂ ਕਿਹਾ ਵਟ ਯੂ ਡਿਡ, ਤੂੰ ਕੀ ਕੀਤਾ ਸੀਗਾ? ਕਹਿੰਦਾ ਕਿ ਮੈਂ ਉਸ ਗੋਰੇ ਨੂੰ ਬਕਾਇਦਾ ਕੋਰਟ ਲੈ ਕੇ ਗਿਆ। ਕੋਰਟ ਦੇ ਵਿੱਚ ਜੱਜ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ, ਅਤੇ ਮੇਰੇ ਫਰੈਂਡ ਨੇ ਰਿਕੁਐਸਟ ਕੀਤੀ ਕਿ ਮੈਂ ਚਾਹੁੰਦਾ ਕਿ ਘੱਟੋ ਘੱਟ ਇਹਨੂੰ ਪਤਾ ਚੱਲਣਾ ਚਾਹੀਦਾ ਕਿ ਹੂ ਵੀ ਆਰ, ਅਤੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਇਹਨਾਂ ਦੀ ਸੇਵਾ ਲਈ ਜਾਏ ਔਰ ਉੱਥੇ ਆ ਕੇ ਇਹਨਾਂ ਨੂੰ ਪਤਾ ਚੱਲੇ ਕਿ ਅਸੀਂ ਕੌਣ ਆ। ਐਂਡ ਜੱਜ ਨੇ ਇਸ ਗੱਲ ਨੂੰ ਮੰਨ ਲਿਆ। ਮੈਂ ਨਹੀਂ ਕਹਿੰਦਾ ਕਿ ਜੇਕਰ ਮੈਂ ਅਗਰ ਕਹਾਂਗਾ ਜੱਜ ਮੇਰੀ ਵੀ ਇਸ ਗੱਲ ਨੂੰ ਮੰਨ ਲਵੇਗਾ, ਲੇਕਿਨ ਅਸੀਂ ਉਹਨੂੰ ਕੋਰਟ ਦੇ ਵਿੱਚ ਲਿਜਾ ਕੇ ਕੇਸ ਰਫਾ ਦਫਾ ਵੀ ਕਰ ਸਕਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਉਹਨਾਂ ਦੇ ਮਨਾਂ ਦੇ ਵਿੱਚ ਸਾਡੇ ਲਈ ਰੋਸ਼ ਆਏ, ਲੇਕਿਨ ਉਹਨਾਂ ਨੂੰ ਅਹਿਸਾਸ ਹੋਏ ਕਿ ਸਾਡੇ ਅੰਦਰ ਨਿਮਰਤਾ, ਸਾਡੇ ਅੰਦਰ ਉਹ ਇਮੋਸ਼ਨਲ ਫੈਕਟਰ, ਸਾਡੇ ਅੰਦਰ ਉਹ ਜਜ਼ਬਾਤ, ਉਹ ਗੱਲਾਂ ਹਨ। ਅਸੀਂ ਤੁਹਾਡਾ ਬੁਰਾ ਨਹੀਂ ਚਾਹੁੰਦੇ, ਭਲਾ ਹੀ ਚਾਹੁੰਦੇ ਹਾਂ, ਲੇਕਿਨ ਇਹ ਦੱਸਣਾ ਚਾਹੁੰਦੇ ਹਾਂ ਹੂ ਵੀ ਆਰ। ਰਿਸਪੈਕਟ ਅਸ ਐਂਡ ਵੈਨ ਐਵਰ ਯੂ ਵਿਲ ਸੀ ਐਨੀਬਡੀ ਐਲਸ ਹੂ ਡੂ ਹੈਵ ਅ ਸੇਮ ਅਪੀਅਰੈਂਸ, ਜਿਹਦੀ ਸੇਮ ਅਪੀਅਰੈਂਸ ਹੋਏ, ਤਾਂ ਉਹਦੀ ਰਿਸਪੈਕਟ ਕਰੇ। ਮਨ ਦੇ ਵਿੱਚ ਇਹ ਗੱਲ ਆਈ ਕਿ ਅੱਜ ਅਸੀਂ ਇੰਨੇ ਵੱਡੇ ਪੱਧਰ ਦੇ ਉੱਤੇ ਗੁਰਦੁਆਰਾ ਸਾਹਿਬਾਨਾਂ ਦਾ ਨਿਰਮਾਣ ਕਰ ਰਹੇ ਹਾਂ, ਲੇਕਿਨ ਉਹ ਬੇਸਿਕ ਪ੍ਰਿੰਸੀਪਲ, ਉਹ ਸਿਧਾਂਤ, ਅਸੀਂ ਐਜੂਕੇਸ਼ਨ ਦਾ ਲੰਗਰ ਜਿਹੜਾ ਉਹ ਕਿਉਂ ਨਹੀਂ ਲਾਉਣ ਦੇ ਵਿੱਚ ਕਾਮਯਾਬ ਹੋ ਰਹੇ। ਅੱਜ ਅਸੀਂ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂ ਕਰਵਾ ਰਹੇ ਹਾਂ, ਜ਼ਰੂਰੀ ਹੈ, ਲੇਕਿਨ ਜਿਨ੍ਹਾਂ ਨੂੰ ਇਤਿਹਾਸ ਜਾਣੂ ਕਰਵਾਉਣਾ ਹੈ ਉਹਦੇ ਲਈ ਅਸੀਂ ਕੀ ਕਰ ਰਹੇ ਹਾਂ? ਕਿ ਅਸੀਂ ਵਾਕਈ ਹੀ ਵਚਨਬੰਦ ਹੋ ਰਹੇ ਹਾਂ ਪ੍ਰਾਊਡ ਟੂ ਬੀ ਸਿੱਖ ਕਹਿਣ ਦੇ ਲਈ? ਅਗਰ ਹੋ ਰਹੇ ਹਾਂ ਤਾਂ ਕਿਸ ਤਰੀਕੇ ਨਾਲ ਹੋ ਰਹੇ ਹਾਂ ਔਰ ਕਿਵੇਂ ਅਸੀਂ ਕਰ ਸਕਦੇ ਹਾਂ? ਤੁਹਾਨੂੰ ਕੀ ਲੱਗਦਾ ਕਿ ਕਿਹੜੀ ਕਿਹੜੀ ਕਮੀਆਂ ਦੀ ਲੋੜ ਸਾਨੂੰ ਲੱਗਦੀ ਹੈ ਕਿ ਅੱਜ ਵੀ ਹੈਗੀ ਹੈ? ਉਹਨਾਂ ਲੋੜਾਂ ਨੂੰ ਅਸੀਂ ਪੂਰਾ ਕਰਕੇ ਮੈਦਾਨ ਨੂੰ ਫਤਿਹ ਕਰੀਏ ਔਰ ਜਿਸ ਤਰੀਕੇ ਨਾਲ ਕੌਮ ਹਮੇਸ਼ਾ ਅੱਗੇ ਵੱਧਦੀ ਹੋਈ ਨਜ਼ਰ ਆਈ ਹੈ, ਮੁੜ ਤੋਂ ਉਹ ਚੜ੍ਹਦੀ ਕਲਾ ਦੇ ਵੱਲ ਤੁਰੇ, ਕਿਵੇਂ ਤੁਰੇ? ਕੀ ਹਨ ਉਹ ਪ੍ਰਾਪਤੀਆਂ ਜੋ ਅਸੀਂ ਹਜੇ ਤੱਕ ਇਸ ਮੁਲਕ ਦੇ ਵਿੱਚ ਰਹਿ ਕੇ ਨਹੀਂ ਲੈ ਸਕੇ? ਮੈਂ ਕਈ ਵਾਰ ਅਕਸਰ ਕਿਹਾ ਕਿ ਸਾਨੂੰ ਪਾਰਟ ਬਣਨਾ ਪੈਣਾ, ਸਾਨੂੰ ਪੋਲੀਟੀਸ਼ੀਅਨਸ ਨਾਲ ਰਾਬਤਾ ਕਾਇਮ ਕਰਨਾ ਪੈਣਾ। ਅਸੀਂ ਆਪਣੇ ਆਪ ਦੇ ਵਿੱਚ ਹੀ ਰਹਿੰਦੇ ਹਾਂ, ਆਪਣੇ ਲੋਕਾਂ ਨਾਲ ਹੀ ਗੱਲ ਕਰਦੇ ਹਾਂ, ਉਹਨਾਂ ਨਾਲ ਹੀ ਡਿਸਕਸ ਕਰਦੇ ਹਾਂ ਔਰ ਖਤਮ ਕਰਕੇ ਘਰ ਆ ਜਾਂਦੇ ਹਾਂ। ਆਈ ਥਿੰਕ ਵੀ ਹੈਵ ਟੂ ਗੈਟ ਇਨ ਟੂ ਦ ਮੇਨ ਪੀਪਲ, ਦੀ ਮੇਨ ਸਟ੍ਰੀਮ, ਐਂਡ ਉਹਨਾਂ ਨੂੰ ਦੱਸਣ ਦੀ ਲੋੜ ਹੈ ਹੂ ਵੀ ਆਰ ਐਂਡ ਵੀ ਆਰ ਪ੍ਰਾਊਡ ਟੂ ਬੀ ਸਿੱਖ। ਇਹੀ ਹੈ ਅੱਜ ਦਾ ਮੁੱਦਾ, ਕਰਾਂਗੇ ਇਸ ਦੇ ਉੱਤੇ ਵਿਚਾਰ ਇਸ ਬ੍ਰੇਕ ਤੋਂ ਉਸ ਪਾਰ। ਅਤੇ ਜਿਵੇਂ ਕਿ ਮੈਂ ਤੁਹਾਨੂੰ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਦੱਸ ਰਿਹਾ ਸੀਗਾ ਕਿ ਕਿਸ ਤਰੀਕੇ ਦੇ ਜਿਹੜੇ ਹੇਟ ਕ੍ਰਾਈਮ ਔਰ ਡਿਸਕ੍ਰਿਮੀਨੇਸ਼ਨ ਅੱਜ ਵੀ ਸਾਡੀ ਕਮਿਊਨਿਟੀ ਦੇ ਨਾਲ ਹੋ ਰਿਹਾ, ਜਿੱਥੇ ਅਸੀਂ ਇਸ ਲਸਾਨੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ, ਜਿੱਥੇ ਅਸੀਂ ਉਹਨਾਂ ਸ਼ਹੀਦਾਂ ਦੇ ਸੈਕਰੀਫਾਈਸ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦਾ ਜਿਹੜਾ ਸੁਪਰੀਮ ਸੈਕਰੀਫਾਈਸ ਸਾਡੀ ਕੌਮ ਦੇ ਲਈ ਅੱਜ ਵੀ ਸਾਡੀ ਅੱਖਾਂ ਦੇ ਵਿੱਚ ਹੰਝੂ ਲਿਆਉਂਦਾ ਔਰ ਸਾਡੀ ਅੱਖਾਂ ਨਮ ਹੋ ਜਾਂਦੀਆਂ ਹਨ ਜਦ ਵੀ ਅਸੀਂ ਉਹਨਾਂ ਦੇ ਬਾਰੇ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਜਾਂ ਸੁਣਦੇ ਹਾਂ। ਹੁਣ ਮੇਰੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹਨ ਕਿ ਅਸੀਂ ਰੋਡ ਮੈਪ ਤਿਆਰ ਕਰ ਰਹੇ ਸੀਗੇ ਕਿ ਸਾਨੂੰ ਅਸੀਂ ਇਹ ਕੰਮ ਤਾਂ ਕਰ ਲਏ, ਲੇਕਿਨ ਸਾਨੂੰ ਹੋਰ ਕੀ ਕਰਨਾ ਚਾਹੀਦਾ, ਸਾਨੂੰ ਖੁਦ ਹੀ ਪ੍ਰਚਾਰਕ ਕਿਵੇਂ ਬਣਨਾ ਪਊਗਾ ਔਰ ਕਿਵੇਂ ਅਸੀਂ ਬਣ ਸਕਦੇ ਹਾਂ? ਮੇਰੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹਨ ਡਾਕਟਰ ਮਨਵੀਰ ਸਿੰਘ ਬੇਕਰਸਫੀਲਡ ਕੈਲੀਫੋਰਨੀਆ ਤੋਂ, ਜਿਨ੍ਹਾਂ ਨੂੰ ਹਾਲ ਫਿਲਹਾਲ ਦੇ ਵਿੱਚ ਹੀ ਮਾਤਾ ਗੁਜਰੀ ਅਵਾਰਡ ਬਕਾਇਦਾ ਤੌਰ ਦੇ ਉੱਤੇ ਇੰਡੀਆ ਦੇ ਵਿੱਚ ਦਿੱਤਾ ਗਿਆ ਔਰ ਉਹਨਾਂ ਨੇ ਹਾਲ ਫਿਲਹਾਲ ਦੇ ਵਿੱਚ ਹੀ ਗ੍ਰੈਂਡ ਮਾਰਸ਼ਲ ਦੇ ਵਜੋਂ ਅਹਿਮ ਭੂਮਿਕਾ ਨਿਭਾਈ। ਮੈਕਫੈਲਡ ਦੇ ਵਿੱਚ ਕ੍ਰਿਸਮਸ ਡੇ ਪਰੇਡ ਕੱਢੀ ਗਈ ਸੀਗੀ। ਇਹ ਇਕੱਲੇ ਸਿੱਖ ਸੀਗੇ ਜਿਨ੍ਹਾਂ ਨੂੰ ਗ੍ਰੈਂਡ ਮਾਰਸ਼ਲ ਦੇ ਵਜੋਂ ਉਸ ਪਰੇਡ ਦੇ ਵਿੱਚ ਸ਼ਾਮਿਲ ਕੀਤਾ ਗਿਆ, ਜਿਸ ਕਰਕੇ ਗੋਰਾ ਕਮਿਊਨਿਟੀ ਦੇ ਵਿੱਚ ਹੋਰ ਵੱਖ ਵੱਖ ਕਮਿਊਨਿਟੀ ਦੇ ਵਿੱਚ ਰਿਕੋਗਨੀਸ਼ਨ ਬਾਰੇ ਵੀ ਪਤਾ ਚੱਲਿਆ। ਅਤੇ ਪਿਛਲੇ 40 ਸਾਲਾਂ ਤੋਂ ਅਮੈਰੀਕਾ ਦੀ ਧਰਤੀ ਦੇ ਉੱਤੇ ਸਿੱਖਾਂ ਦੇ ਉਹਨਾਂ ਸਾਰੇ ਮਸਲਿਆਂ ਨੂੰ ਬੁਲੰਦ ਕਰਦੇ ਹੋਏ ਔਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਡਾਕਟਰ ਮਨਵੀਰ ਸਿੰਘ ਹਮੇਸ਼ਾ ਅੱਗੇ ਰਹੇ, ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹਨ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਮੈਂ ਨਿੱਘਾ ਸਵਾਗਤ ਕਰਦਾ, ਫਤਿਹ ਦੀ ਸਾਂਝ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਕਿਰਤ ਸਿੰਘ ਜੀ, ਸੌਰੀ ਟੂ ਹੇਅਰ ਕਿ ਤੁਸੀਂ ਜਦੋਂ ਟਰੈਵਲ ਕਰ ਰਹੇ ਸੀ ਤੁਹਾਡਾ ਇਸ ਤਰ੍ਹਾਂ ਕਿਸੇ ਅਮਰੀਕਨ ਵਾਈਟ ਮੈਨ ਨੇ ਇਸ ਤਰ੍ਹਾਂ ਦਾ ਬਿਹੇਵ ਕੀਤਾ, ਮਿਸਬਿਹੇਵ ਕੀਤਾ। ਸੋ ਮੈਂ ਮੇਰੇ ਬੇਟੇ ਨਾਲ ਇਸ ਤਰ੍ਹਾਂ ਮਿਲਦਾ ਜੁਲਦਾ ਇੰਸੀਡੈਂਟ ਹੋਇਆ ਸੀ, 2-3 ਸਾਲ ਪੁਰਾਣੀ ਗੱਲ ਹੈ ਜੀ। ਸੋ ਉਸਨੇ ਆਪਣੇ ਕੋਲ ਸੈੱਲ ਫੋਨ ਵਿੱਚ ਸਾਰੀ ਚੀਜ਼ਾਂ ਰਿਕਾਰਡ ਕਰ ਲਈਆਂ ਸੀ,
ਤੇ ਮੈਂ ਉਸ ਵੇਲੇ ਸੋਚਦਾ ਸੀ ਕਿ ਇਸ ਨੂੰ ਕਿਸ ਤਰ੍ਹਾਂ ਕੀਤਾ ਜਾਵੇ। ਸੋ ਦੈਨ ਹੀ ਵੈਂਟ ਆਲ ਦ ਵੇ ਰਿਕਾਰਡਿੰਗ ਕਰਕੇ ਉਹਨੂੰ ਅਰੈਸਟ ਕਰਵਾ ਲਿਆ ਸੀ। ਐਂਡ ਦੈਨ ਹੀ ਓਨਲੀ ਥਿੰਗ ਹੀ ਆਸਕ ਵਾਸ ਕਿ ਵੀ ਤੁਸੀਂ ਗੁਰਦੁਆਰੇ ਆ ਜਾਓ ਔਰ ਸਿੱਖ ਧਰਮ ਦੀ ਕੋਈ ਪੁਸਤਕ ਪੜ੍ਹ ਲਓ ਤੇ ਜਿਸ ਨਾਲ ਤੁਹਾਨੂੰ ਪਤਾ ਲੱਗ ਜਾਏ ਕਿ ਅਸੀਂ ਸਿੱਖ ਹੈਗੇ ਮੁਸਲਿਮ ਨਹੀਂ ਹੈਗੇ। ਤੇ ਕੋਈ ਸਜ਼ਾ ਦਾ ਨਹੀਂ ਸੀ, ਕੋਈ ਜੇਲ੍ਹ ਦਾ ਜਾਂ ਕੋਈ ਮਨੀ ਪਿੱਛੇ ਨਹੀਂ ਸੀ, ਸਿਰਫ ਪ੍ਰਚਾਰ ਕਿ ਭਾਈ ਇਸ ਬੰਦੇ ਨੂੰ ਪਤਾ ਲੱਗ ਜਾਏ ਕਿਉਂਕਿ ਇਸ ਬੰਦੇ ਨੇ ਉਹ ਬਲਮੀਤ ਸਿੰਘ ਦੇ ਉੱਪਰ ਨਾ ਫੋਕਸ ਦਿੱਤੀ ਸੀ। ਡਾਕਟਰ ਸਾਹਿਬ, ਜਿੱਥੇ ਅਸੀਂ ਆਪਣੀ ਰਿਕੋਗਨੀਸ਼ਨ ਦੇ ਲਈ ਵੱਖ ਵੱਖ ਪ੍ਰੋਗਰਾਮ ਵੱਡੇ ਪੱਧਰ 'ਤੇ ਕਰਾਉਂਦੇ ਹਾਂ, ਜੇਕਰ ਮੈਂ ਕੈਲੀਫੋਰਨੀਆ ਵੈਸਟ ਕੋਸਟ ਦੀ ਗੱਲ ਕਰਾਂ ਤਾਂ ਉੱਥੇ ਵੀ ਵੱਡੇ ਪੱਧਰ ਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਯੂਬਾ ਸਿਟੀ ਦੇ ਵਿੱਚ ਇੰਨੇ ਵੱਡੇ ਪੱਧਰ 'ਤੇ ਨਗਰ ਕੀਰਤਨ ਕੱਢਿਆ ਜਾਂਦਾ ਹੈ। ਹੁਣ ਮੈਂ ਈਸਟ ਕੋਸਟ ਦੇ ਵੱਲ ਆ ਜਾਂ ਅਤੇ ਮੈਨਹੈਟਨ ਸਿਟੀ ਦੇ ਵਿੱਚ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ ਵੱਖ ਵੱਖ ਥਾਵਾਂ ਦੇ ਉੱਤੇ, ਭਾਵੇਂ ਉਹ ਅਸੀਂ ਸੈਂਟਰ ਦੇ ਵਿੱਚ ਚਲੇ ਜਾਈਏ ਤਾਂ ਉੱਥੇ ਵੀ ਜਿਹੜੇ ਵੱਖ ਵੱਖ ਔਰਗਨਾਈਜੇਸ਼ਨਸ ਹਨ ਉਹ ਵੱਡੇ ਪੱਧਰ 'ਤੇ ਕੰਮ ਕਰ ਰਹੇ ਹਨ ਸਿੱਖ ਦੀ ਰਿਕੋਗਨੀਸ਼ਨ ਦੇ ਲਈ। ਲੇਕਿਨ ਤੁਹਾਨੂੰ ਕੀ ਲੱਗਦਾ ਫਿਰ ਵੀ ਕਮੀ ਜਿਹੜੀ ਆ ਉਹ ਕਿੱਥੇ ਰਹਿ ਗਈ? ਅਸੀਂ ਹਜੇ ਵੀ ਉਹਨਾਂ ਚੈਲੰਜਸ ਨੂੰ ਫੇਸ ਕਰ ਰਹੇ ਹਾਂ ਜੋ ਕਿ ਸਾਡੇ ਲਈ ਇਹ ਬਹੁਤ ਹੀ ਵੱਡੇ ਪੱਧਰ 'ਤੇ ਜਿਹੜਾ ਉਹ ਨੁਕਸਾਨ ਪਹੁੰਚਾ ਰਿਹਾ। ਹਾਂਜੀ, ਨਹੀਂ ਆਪ ਜੀ ਨੇ ਜਿਹੜੀ ਇਹ ਗੱਲ ਕਹੀ ਆ, ਕਿਉਂਕਿ ਸਾਨੂੰ ਇਸ ਕੰਟਰੀ ਵਿੱਚ ਸਰਵਾਈਵ ਕਰਨ ਵਾਸਤੇ ਇਕੱਲੇ ਇਕੱਲੇ ਕੰਮ ਕਰਨਾ ਪੈ ਗਿਆ। ਅਸੀਂ ਜਦੋਂ ਬਾਹਰ ਘਰ ਛੱਡ ਕੇ ਬਾਹਰ ਜਾਂਦੇ ਹਾਂ ਅਸੀਂ ਰਿਪ੍ਰੈਜੈਂਟ ਕਰਦੇ ਹਾਂ ਇੱਕ ਸਿੱਖ ਪੰਥ ਨੂੰ ਜੀ, ਤੋ ਰਿਪ੍ਰੈਜੈਂਟੇਸ਼ਨ ਕਰਦੇ ਹੋਇਆ ਸਾਨੂੰ ਮੈਂ ਤੇ ਜਿਹੜੇ ਬੇਸਿਕ ਪ੍ਰਿੰਸੀਪਲ ਫੋਲੋ ਕਰਦਾ ਹੈ ਉਹ ਹੈ ਕਿ ਆਪਣੇ ਕੋਲ ਸਿੱਖੀ ਦਾ ਇੱਕ ਛੋਟਾ ਜਿਹਾ ਕਾਰਡ ਜਿਹੜਾ ਪਲਾਸਟਿਕ ਦਾ ਬਣਿਆ ਹੋਇਆ ਜਿਹਦੇ ਵਿੱਚ ਸਿੱਖ ਧਰਮ ਦੇ ਜਿਹੜੇ ਬੇਸਿਕ ਪ੍ਰਿੰਸੀਪਲ ਨੇ ਉਹ ਲਿਖੇ ਹੁੰਦੇ ਆ, ਸਿੱਖ ਕੌਣ ਨੇ ਕੀ ਕਰਦੇ ਆ ਕੀ ਇਹਨਾਂ ਦਾ ਧਰਮ ਹੈ, ਉਹ ਮੈਂ ਹਮੇਸ਼ਾ ਜਦੋਂ ਵੀ ਕੋਈ ਮਿਲਦਾ ਹੈਗਾ ਥੋੜੀ ਜਿਹੀ ਗੱਲਬਾਤ ਕਰਦਾ ਸ਼ੇਕ ਇਨ ਕਰਕੇ ਮੈਂ ਉਹਨਾਂ ਨੂੰ ਦੇ ਦਿੰਦਾ ਹੁੰਦਾ। ਪਲਾਸਟਿਕ ਦਾ ਕਾਰਡ ਹੈਗਾ ਉਹ ਖਰਾਬ ਵੀ ਨਹੀਂ ਹੁੰਦਾ, ਰਾਈਟ, ਤੇ ਬੰਦਾ ਈਜ਼ੀਲੀ ਉਹਨੂੰ ਰੱਖ ਸਕਦਾ ਔਰ ਉਹਨੂੰ ਪੜ੍ਹ ਸਕਦਾ। ਤੇ ਉਹਦੇ ਵਿੱਚ ਤੁਸੀਂ ਕੀ ਪ੍ਰਿੰਟ ਕਰਵਾਇਆ ਹੋਇਆ? ਉਹਦੇ 'ਚ ਅਸੀਂ ਪ੍ਰਿੰਟ ਕਰਾਇਆ ਹੋਇਆ ਹੈਗਾ ਕਿ ਵੀ ਸਿੱਖ ਜਿਹੜਾ ਹੈਗਾ ਇਟਸ ਅ ਫਿਫਥ ਲਾਰਜੈਸਟ ਰਿਲੀਜਨ ਆਫ ਦਾ ਵਰਲਡ, ਰਾਈਟ, ਤੇ ਇੱਕ ਰੱਬ ਨੂੰ ਮੰਨਦੇ ਆ, ਜੈਂਡਰ ਇਕੁਐਲਿਟੀ ਵਿੱਚ ਬਿਲੀਵ ਕਰਦੇ ਆ ਔਰ ਨਾਮ ਜਪਣਾ ਵੰਡ ਛਕਣਾ ਤੇਜ ਕਰਨਾ ਇਹ ਸਾਡੇ ਬੇਸ ਵਿੱਚ ਜਿਹੜੇ ਹੈ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਜਿਹੜੇ ਆ ਉਹ ਇੰਗਲਿਸ਼ ਵਿੱਚ ਲਿਖੇ ਹੋਏ ਆ। ਤੇ ਆਈ ਥਿੰਕ ਦੈਟਸ ਅ ਗੁੱਡ ਆਈਡੀਆ, ਜਿਹੜਾ ਵੀ ਸਰਬੱਤ ਦੇ ਭਲੇ ਵਾਲੀ ਕੋਈ ਵੀ ਆਪੱਤੀਜਨਕ ਟਿੱਪਣੀ ਕਰੇ ਤਾਂ ਉਹ ਦੇ ਸਕਦੇ ਹੋ ਤੁਸੀਂ, ਜਿਹੜੀ ਗੱਲਾਂ ਹੈ ਕਿ ਉਹ ਲਿਖੀਆਂ ਹੋਈਆਂ ਨੇ, ਰਾਈਟ, ਤੇ ਨਾਲੇ ਇਹ ਲਿਖਿਆ ਹੋਇਆ ਕਿ ਜਿਸ ਬੰਦੇ ਨੇ ਅਗਰ ਦਸਤਾਰ ਸਜਾਈ ਹੈ, ਰਾਈਟ, ਤੇ ਹੀ ਇਜ਼ ਮੋਸਟ ਲਾਈਕਲੀ ਸਿੱਖ, ਹੀ ਕੁਡ ਨਾਟ ਬੀ ਐਨੀਥਿੰਗ ਅਦਰ ਦੈਨ ਦੈਟ, ਜਿਸਨੇ ਅਗਰ ਪਾਕਿਸਤਾਨ ਤੇ ਰੱਖੀ ਹੋਈ ਹੈ, ਰਾਈਟ, ਉਹ ਮੋਸਟ ਲਾਈਕਲੀ ਸਿੱਖ ਧਰਮ ਨੂੰ ਬਿਲੋਂਗ ਕਰਦਾ ਹੈਗਾ। ਇਹ ਬੜਾ ਹਾਈਲਾਈਟ ਕਰਨੇ ਵਾਲਾ ਹੈਗਾ ਕਿਉਂਕਿ ਮੁਸਲਿਮ ਜਿਹੜੇ ਨੇ ਉਹ ਆਮ ਤੌਰ ਤੇ ਪੱਗ ਨਹੀਂ ਬੰਨਦੇ ਆ, ਪੱਗ ਜਿਹੜੇ ਆ ਉਹ ਸਿੱਖ ਬੰਨਦੇ ਆ। ਉਸ ਨਾਲ ਕੀ ਹੈ ਕਿ ਪੱਗ ਦੀ ਪਹਿਚਾਣ ਸਿੱਖ ਦੇ ਨਾਲ ਸਿੱਧੀ ਹੋ ਜਾਂਦੀ, ਪੱਗ ਮਤਲਬ ਸਿੱਖ ਸਿੰਘ। ਇਹ ਗੱਲਾਂ ਇੱਦਾਂ ਦੀ ਦਿਮਾਗ ਵਿੱਚ ਉਹਨਾਂ ਦੇ ਆ ਜਾਣੀ ਚਾਹੀਦੀ ਹੈ, ਕਿਉਂਕਿ ਜਦੋਂ ਵੀ ਤੁਸੀਂ ਟਰੈਵਲ ਕਰਦੇ ਹੋ ਟ੍ਰੇਨ 'ਚ ਜਾਂ ਪਲੇਨ 'ਚ ਜਾਂ ਰਸਤੇ ਚੱਲਦੇ ਬੈਂਕਾਂ ਵਿੱਚ ਜਾਂਦੇ ਆਪਾਂ ਜਾਂ ਮਾਲ ਵਿੱਚ ਜਾਂਦੇ ਹਾਂ, ਕੋਈ ਵੀ ਅਗਰ ਥੋੜ੍ਹਾ ਜਿਹਾ ਵੀ ਸਵਾਲ ਪੁੱਛਦਾ ਹੈਗਾ, ਕੁਐਸਚਨ ਕਰਦਾ, ਤੇ ਬੜੇ ਹੱਸ ਕੇ ਉਹਨੂੰ ਇਹ ਕਾਰਡ ਜ਼ਰੂਰ ਦੇ ਦੇਣਾ ਚਾਹੀਦਾ, ਰਾਈਟ। ਸੋ ਇਹ ਇਸ ਨਾਲ ਪ੍ਰਚਾਰ ਹੋ ਜਾਂਦਾ ਜੀ, ਰਾਈਟ। ਡਾਕਟਰ ਸਾਹਿਬ, ਜਿਵੇਂ ਕਿ ਅਸੀਂ ਤੁਹਾਨੂੰ ਦੱਸ ਰਹੇ ਸੀਗੇ ਕਿ ਅਸੀਂ ਹਮੇਸ਼ਾ ਵੱਖ ਵੱਖ ਸਿਟੀਆਂ ਦੇ ਵਿੱਚ ਜਾਂਦੇ ਹਾਂ ਔਰ ਬੜਾ ਸਾਰਾ ਜਿਹੜਾ ਹੁੰਗਾਰਾ ਹੈਗਾ ਹੱਲਾਸ਼ੇਰੀ ਜਸ ਪੰਜਾਬੀ ਦੀ ਟੀਮ ਨੂੰ ਹਮੇਸ਼ਾ ਮਿਲਦੀ ਹੈ ਔਰ ਅਸੀਂ ਉਹਨਾਂ ਸਾਰੇ ਦਰਸ਼ਕਾਂ ਦਾ ਤਹਿ ਦਿਲ ਤੋਂ ਧੰਨਵਾਦ ਵੀ ਕਰਦੇ ਹਾਂ ਕਿ ਇੰਨਾ ਸਾਰਾ ਪਿਆਰ ਤੁਸੀਂ ਸਾਨੂੰ ਦਿੰਦੇ ਹੋ। ਤੁਹਾਨੂੰ ਕੀ ਲੱਗਦਾ ਕਿ 52 ਸਟੇਟਾਂ ਦੇ ਵਿੱਚ ਹਜੇ ਵੀ ਕਿਸ ਗੱਲ ਦੀ ਲੋੜ ਹੈਗੀ ਹੈ ਕਿ ਜੇਕਰ ਅਸੀਂ ਆਪਣੀ ਵੱਖ ਵੱਖ ਸਟੇਟ ਦੇ ਵਿੱਚ ਜ਼ਿੰਮੇਵਾਰੀ ਸਮਝ ਲਈਏ ਤਾਂ ਅਸੀਂ ਕਾਮਯਾਬ ਹੋ ਸਕਦੇ ਹਾਂ ਆਪਣੇ ਆਪ ਨੂੰ ਹੋਰ ਦੱਸਣ ਦੇ ਲਈ? ਹਾਂਜੀ, ਕਿਉਂਕਿ ਇਹ ਇਹ ਟੌਪਿਕ ਜਿਹੜਾ ਨਾ ਜੀ, ਇਹ ਇਸ 'ਤੇ ਸਾਰਿਆਂ ਨੂੰ ਵਿਚਾਰ ਕਰਨ ਦੀ ਲੋੜ ਆ। ਮੇਰੇ ਖਿਆਲ ਨਾਲ ਇੱਕ ਜਿਹੜਾ ਬੇਸਿਕਲੀ ਹਰ ਬੰਦੇ ਦਾ ਜਿਹੜਾ ਫਰਜ਼ ਬਣਦਾ ਨਾ ਜੀ, ਹਰ ਇਨਸਾਨ ਦਾ ਫਰਜ਼ ਬਣਦਾ ਹੈਗਾ ਜੀ, ਹਰ ਸਿੱਖ ਜਿਹੜਾ ਆਪਣੇ ਆਪ 'ਤੇ ਪ੍ਰਚਾਰਕ ਬਣਨਾ ਜ਼ਰੂਰੀ ਆ। ਅਗਰ ਮਾਵਾਂ ਆਪਣੇ ਬੱਚੇ ਨੂੰ ਪਿਆਰ ਕਰਦਿਆਂ ਕੰਘੀ ਕਰਦਿਆਂ ਕੱਪੜੇ ਪਾਉਂਦਿਆਂ ਨਾਲ ਨਾਲ ਹੀ ਸਿੱਖ ਸਾਥੀਆਂ ਸੁਣਾਉਣ, ਜਿੱਦਾਂ ਛੋਟੇ ਸਾਹਿਬਜ਼ਾਦੇ ਔਰ ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਦੀ ਗੱਲ ਜੀ, ਜਿਹੜਾ ਉਹਨਾਂ ਦਾ ਕਨਵਰਸੇਸ਼ਨ ਹੋਇਆ ਸੀ ਉਹ ਸੁਣਾਉਣ, ਤੇ ਬੱਚੇ ਵੀ ਸ਼ੁਰੂ 'ਚ ਤੋਂ ਹੀ ਜੋਸ਼ 'ਚ ਪੈਦਾ ਹੋ ਜਾਂਦਾ ਵੀ ਮੈਂ ਕੌਣ ਹਾਂ, ਮੈਂ ਕਿੱਥੋਂ ਬਿਲੋਂਗ ਕਰਦਾ। ਕੋਈ 6 ਸਾਲ ਔਰ 8 ਸਾਲ ਦੇ ਇੱਥੇ ਛੋਟੇ ਸਾਹਿਬਜ਼ਾਦਿਆਂ ਦਾ ਅਗਰ ਜਿਹੜਾ ਦ੍ਰਿਸ਼ਟਾਂਤ ਹੈ ਉਹ ਅਗਰ ਡਿਟੇਲੀ ਬੱਚੇ ਨੂੰ ਦੱਸਿਆ ਜਾਵੇ ਔਰ ਉਸ ਸੰਬੰਧ ਵਿੱਚ ਬੁੱਕਸ ਦਿੱਤੀਆਂ ਜਾਣ ਔਰ ਪੜ੍ਹਨ, ਉਹਨਾਂ ਨੂੰ ਸਾਰੀ ਚੀਜ਼ਾਂ ਯਾਦ ਵਿੱਚ ਆ ਜਾਂਦੀਆਂ, ਬੜੀ ਉਹ ਦਲੇਰ ਹੋ ਜਾਂਦੇ ਆ, ਪਰ ਉਹਨਾਂ ਨੂੰ ਲੱਗਦਾ ਹੈਗਾ ਜਿਵੇਂ ਅਸੀਂ ਇੱਕ ਖਾਸ ਸਪੈਸ਼ਲ ਕੌਮ ਨੂੰ ਬਿਲੋਂਗ ਕਰਦੇ ਹਾਂ, ਸ਼ਹਾਦਤ ਵਾਲੀ ਕੌਮ ਹੈ, ਅਸੂਲ ਵਾਲੀ ਕੌਮ ਹੈ, ਉਹਦੀ ਅਸੀਂ ਪਾਲਣਾ ਕਰਨੀ ਹੈ। ਸੋ ਮਾਤਾ ਪਿਤਾ ਜ਼ਰੂਰ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਇਸ ਸਾਥੀ ਨਾਲ ਰਿਲੇਟ ਕਰਾਉਣ ਜੀ,
ਤੇ ਉਹਦੀ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਹੋ ਕੇ ਉਹ ਜਿਹੜੀ ਬੁੱਕਸ ਦੇਣੀ ਹੈ ਅਗਰ ਬੱਚੇ ਦੇ ਸਕੂਲ ਵਿੱਚ ਵੀ ਦਿੱਤੀ ਜਾਵੇ ਉਹਨਾਂ ਦੀ ਕਲਾਸ ਵਿੱਚ ਵੀ ਜਾ ਕੇ ਟੀਚਰ ਨੂੰ ਦੱਸਿਆ ਜਾਵੇ ਜਿਹੜਾ ਆਪਣੇ ਪਤਾ ਹੀ ਕਿ ਚਾਰ ਸਾਹਿਬਜ਼ਾਦਿਆਂ ਦੀ ਜਦੋਂ ਮੂਵੀ ਆਈ ਸੀ ਤੇ ਪੂਰੇ ਇੰਡੀਆ ਵਿੱਚ ਜਿੰਨੇ ਵੀ ਵੱਡੀ ਕੰਪਨੀਆਂ ਸੀ ਉਹਨਾਂ ਨੇ ਆਪਣੇ ਇੰਪਲਾਈ ਨੂੰ ਭੇਜਿਆ ਸੀ ਕਿ ਤੁਸੀਂ ਸਾਰੇ ਜਾ ਕੇ ਮੂਵੀ ਦੇਖ ਕੇ ਆਓ। ਬਿਲਕੁਲ ਡਾਕਟਰ ਸਾਹਿਬ, ਜਿਆਦੇ ਵੱਡੇ ਸਾਹਿਬਜ਼ਾਦੇ ਜ਼ਰੂਰੀ ਹੈ ਜਿੱਥੇ ਸਾਨੂੰ ਆਪਣੇ ਇਤਿਹਾਸ ਦੇ ਬਾਰੇ ਜਾਣੂ ਕਰਾਉਣ ਦੇ ਲਈ ਬੱਚਿਆਂ ਨੂੰ ਜੀ ਮੂਵੀ ਦਿਖਾਉਣੀ ਜ਼ਰੂਰੀ ਹੈ। ਲੇਕਿਨ ਸਵਾਲ ਇੱਥੇ ਵੱਡਾ ਇਹ ਬਣਦਾ ਕਿ ਜਿੱਥੇ ਅੱਜ ਸਕੂਲਾਂ ਦੇ ਵਿੱਚ ਵੱਡੇ ਪੱਧਰ 'ਤੇ ਬੁਲਿੰਗ ਹੁੰਦੀ ਹੈ ਬੱਚਿਆਂ ਨੂੰ ਮਜਬੂਰਨ ਆ ਕੇ ਆਪਣੇ ਮਾਪਿਆਂ ਨਾਲ, ਇਹ ਕਮੀ ਤੁਹਾਨੂੰ ਕਿੱਥੇ ਲੱਗਦੀ ਹੈ ਕਿ ਮਾਪਿਆਂ ਨੂੰ ਉਹ ਸ਼ਿਕਾਇਤ ਕਰਦੇ ਹਨ ਅਤੇ ਮਾਪਿਓ ਜਿਹੜੇ ਨੇ ਉਹ ਮੇਜਰ ਸਟੈਪ ਨਹੀਂ ਚੱਕ ਪਾਉਂਦੇ ਕਿਉਂਕਿ ਉਹਨਾਂ ਦੇ ਕੋਲ ਉਹ ਸੋਰਸਿਸ ਨਹੀਂ ਹੈਗੇ ਕਿ ਉਹ ਕਿਹਨੂੰ ਸ਼ਿਕਾਇਤ ਕਰਨ? ਸਕੂਲ ਦੇ ਵਿੱਚ ਜਾਂਦੇ ਹਨ ਅਤੇ ਟੀਚਰ ਕਹਿੰਦੇ ਹਨ ਕਿ ਵੀ ਆਰ ਟੈਲਿੰਗ ਆਰ ਯੂ ਨੋ ਸਟੂਡੈਂਟਸ ਅਬਾਊਟ ਸਿੱਖਇਜ਼ਮ ਸੋ ਡੋਂਟ ਵਰੀ, ਲੇਕਿਨ ਮਜਬੂਰਨ ਕਈ ਸਾਰੇ ਕੇਸਿਸ ਮੈਂ ਖੁਦ ਵੇਖੇ ਹਨ ਕਿ ਉਹਨਾਂ ਨੂੰ ਕੇਸਾਂ ਨੂੰ ਕਤਲ ਕਰਵਾਉਣਾ ਪੈਂਦਾ ਅਤੇ ਕਿੱਥੇ ਫਿਰ ਅਸੀਂ ਆਪਣੀ ਰਿਕੋਗਨੀਸ਼ਨ ਦੱਸ ਪਾ ਰਹੇ ਹਾਂ? ਹਾਂਜੀ, ਜੇ ਤਾਂ ਦੇਖੋ ਨਾ ਆਪਣੀ ਐਬਿਲਿਟੀ ਇਤਨੀ ਹੋਵੇ ਤਾਂ ਬਹੁਤ ਅੱਛਾ, ਪਰ ਕਿਸੇ ਪੇਰੈਂਟਸ ਦੀ ਅਗਰ ਐਬਿਲਿਟੀ ਨਹੀਂ ਹੈ ਉਹ ਟੀਚਰ ਨਾਲ ਗੱਲ ਕਰ ਸਕਣ, ਸੰਵਾਦ ਕਰ ਸਕਣ, ਕਲਾਸ ਵਿੱਚ ਜਾ ਕੇ ਕੁਛ ਦੱਸ ਸਕਣ, ਪ੍ਰਿੰਸੀਪਲ ਨਾਲ ਗੱਲ ਕਰ ਸਕਣ, ਬੋਰਡ ਜਿਹੜਾ ਉਸ ਨਾਲ ਗੱਲ ਕਰ ਸਕਣ, ਤੇ ਉਹ ਜ਼ਰੂਰ ਆਪਣੇ ਸ਼ਹਿਰ ਵਿੱਚ ਉਹ ਬੰਦਾ ਲੱਭ ਸਕਦੇ ਆ ਕੋਈ ਨਾ ਕੋਈ ਫੈਮਿਲੀ ਰਾਈਟ ਕਿ ਵੀ ਤੁਸੀਂ ਜਾ ਕੇ ਸਾਡੇ ਬੱਚੇ ਦੇ ਸਕੂਲ ਜਾ ਕੇ ਕਰੋ ਤੇ ਉਹਦੇ ਵਾਸਤੇ ਅਪਾਇੰਟਮੈਂਟ ਲੈ ਸਕਦੇ ਆ। ਡਾਕਟਰ ਸਾਹਿਬ, ਜਾਂਦੇ ਜਾਂਦੇ ਇੱਕ ਆਖਰੀ ਸਵਾਲ ਮੈਂ ਤੁਹਾਡੇ ਤੋਂ ਲੈਣਾ ਚਾਹਾਂਗਾ, ਅਸੀਂ ਹਜੇ ਤੱਕ ਗੁਰਦੁਆਰਾ ਸਾਹਿਬਾਂ ਨਾਲ ਤਾਂ ਨਿਰਮਾਣ ਕਰ ਲਏ ਵੱਖ ਵੱਖ ਸਟੇਟਾਂ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਬਣਾ ਤੇ, ਲੇਕਿਨ ਤੁਹਾਨੂੰ ਕੀ ਲੱਗਦਾ ਕਿ ਕਿੱਥੇ ਕਮੀ ਰਹੇਗੀ ਕਿ ਹਜੇ ਤੱਕ ਅਸੀਂ ਆਪਣਾ ਇੱਕ ਵੀ ਸਕੂਲ ਨਹੀਂ ਬਣਾ ਪਾਏ? ਹਾਂਜੀ, ਸਕੂਲ ਨੂੰ ਲੈ ਕੇ ਮੈਂ ਇਹ ਚਾਹਾਂਗਾ, ਮੈਨੂੰ ਨਹੀਂ ਲੱਗਦਾ ਕਿ ਆਪਣਾ ਸੈਪਰੇਟ ਸਕੂਲ ਬਣਾਉਣੇ, ਕਿਉਂਕਿ ਟਾਈਮ ਕੰਜ਼ਿਊਮਿੰਗ ਐਂਡ ਮਨੀ ਕੰਜ਼ਿਊਮਿੰਗ ਆ ਜੀ। ਪਰ ਅਗਰ ਆਪਣੇ ਸਕੂਲ ਵਿੱਚ ਜਿਹੜਾ ਸਾਡੇ ਇੱਧਰ ਸਕੂਲ ਹੈ ਉੱਥੇ ਅਸੀਂ ਪੰਜਾਬੀ ਲੈਂਗੁਏਜ ਉਹਨਾਂ ਕੋਲੋਂ ਸ਼ੁਰੂ ਕਰਵਾਈ ਸੀ ਰਾਈਟ, ਪਟੀਸ਼ਨ ਫਾਈਲ ਕਰਕੇ ਤੇ ਬੋਰਡ ਕੋਲੋਂ ਅਪਰੂਵਲ ਲੈ ਕੇ ਰਾਈਟ, ਤੋ ਉਸ ਨਾਲ ਕੀ ਹੁੰਦਾ ਕਿ ਆਪਣੀ ਜੇ ਕਲਾਸ ਹੋਏਗੀ ਬੱਚਿਆਂ ਨੂੰ ਲੱਗੇਗਾ ਕਿ ਅਸੀਂ ਵੀ ਕੁਛ ਹੈਗੇ। ਇੱਕ ਸਕੂਲ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਕਿੰਨੇ ਬੱਚੇ ਰਜਿਸਟਰ ਕਰ ਸਕਦੇ ਹੋ, ਅਸੀਂ ਕਲਾਸ ਤੇ ਸ਼ੁਰੂ ਕਰ ਦਿੰਦੇ ਹਾਂ ਪਰ ਤੁਸੀਂ ਬੱਚੇ ਕਿਤੇ ਆਉਣਗੇ ਪਹਿਲਾਂ ਸਾਨੂੰ ਉਸਦਾ ਵੀ ਦੱਸੋ ਰਾਈਟ। ਇਸ ਕਰਕੇ ਗੁਰਦੁਆਰਿਆਂ ਨੂੰ ਉਪਰਾਲਾ ਹੋਣਾ ਚਾਹੀਦਾ ਹੈ ਕਿ ਸਕੂਲ ਨਾਲ ਕੰਟੈਕਟ ਕਰਕੇ ਪੰਜਾਬੀ ਦੀ ਕਲਾਸ ਸ਼ੁਰੂ ਕਰਵਾ ਦੇਣ। ਇਸ ਨਾਲ ਠੀਕ ਹੈ, ਨਹੀਂ ਸਕੂਲ ਬੇਸ਼ੱਕ ਅਮਰੀਕਨ ਸਟਾਈਲ ਹੋਣ, ਸਕੂਲ ਬੇਸ਼ੱਕ ਅਮਰੀਕਨ ਸਟਾਈਲ ਹੋਣ, ਲੇਕਿਨ ਕੁਝ ਬੇਸਿਕ ਸਿਧਾਂਤ ਹੋਣ ਜਿੱਥੇ ਅਸੀਂ ਵੀ ਆਪਣੀ ਰਿਕੋਗਨੀਸ਼ਨ ਦੱਸ ਸਕੀਏ ਕਿ ਯੈਸ ਵੀ ਆਰ ਆਲਸੋ ਪਾਰਟ ਆਫ ਦਿਸ ਕੰਟਰੀ ਐਂਡ ਵੀ ਆਰ ਆਲਸੋ ਗਿਵਿੰਗ ਆਰ ਬੈਸਟ ਟੂ ਮੇਕ ਦਿਸ ਕੰਟਰੀ ਮੋਰ ਪ੍ਰੋਗਰੈਸਿਵ ਐਂਡ ਦੈਨ ਯੂ ਕੈਨ ਆਲਸੋ ਸੇ ਐਂਡ ਵੀ ਕੈਨ ਆਲਸੋ ਸੇ ਗੋਡ ਬਲੈਸ ਅਮਰੀਕਾ। ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਮੈਂ ਆਪਣੇ ਦਰਸ਼ਕਾਂ ਨੂੰ ਹੁਣ ਅਪੀਲ ਕਰਦਾ ਕਿ ਫੋਨ ਲਾਈਨ ਅਸੀਂ ਖੋਲ੍ਹ ਦਿੱਤੀਆਂ ਹਨ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਇਸ ਹੇਠ ਲਿਖੇ ਨੰਬਰ ਦੇ ਉੱਤੇ, ਜਾਂ ਫਿਰ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ info@justbroadcasting.com, harkirat@justbroadcasting.com ਦੇ ਉੱਤੇ। ਮਿਲਦੇ ਹਾਂ ਇਸ ਬ੍ਰੇਕ ਤੋਂ ਉਸ ਪਾਰ। ਹੁਣ ਅਸੀਂ ਆਪਣੇ ਦਰਸ਼ਕਾਂ ਦੀ ਕਾਲ ਲੈ ਲੈਂਦੇ ਹਾਂ ਕਿ ਉਹ ਕੀ ਕੁਝ ਇਸ ਮੁਤਲਕ ਆਪਣੇ ਵਿਚਾਰ ਰੱਖਣਾ ਚਾਹੁੰਦੇ ਹਨ ਇਸ ਮੰਚ ਦੇ ਉੱਤੇ। ਲੈਂਦੇ ਅਸੀਂ ਆਪਣੀ ਪਹਿਲੀ ਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਜੀ ਹਰਨੇਕ ਸਿੰਘ ਰਾਂਦੇ ਬੋਲ ਰਿਹਾ ਸਟੇਟਸ ਤੋਂ। ਸਤਿ ਸ਼੍ਰੀ ਅਕਾਲ ਹਰਨੇਕ ਸਿੰਘ ਜੀ, ਕੀ ਕਹਿਣਾ ਚਾਹੋਗੇ? ਮੈਂ ਥੋੜੀ ਜੋ ਤੁਸੀਂ ਹਾਈਲਾਈਟ ਕੀਤੀ ਆਪਣੀ ਪ੍ਰੋਬਲਮ ਜੀ, ਉਹ ਮੈਂ ਵਿਜੂਅਲਾਈਜ਼ ਕੀਤੀ ਹੋਈ ਆਲਰੇਡੀ ਜੀ। ਮੈਂ ਕਿ ਨਾ ਗੁਰੂ ਨਾਨਕ ਦੀ ਸੈਂਚਰੀ ਤੇ 16 ਪੇਜ ਦਾ ਇੱਕ ਨੋਟ ਲਿਖਿਆ ਜੀ, ਉਹ ਮੈਂ ਰਿਆੜ ਸਾਹਿਬ ਨੂੰ ਈਮੇਲ ਕੀਤਾ ਹੋਇਆ ਜੀ 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 ਜੀ। ਉਹਦੇ ਵਿੱਚ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ, ਸਿੱਖਇਜ਼ਮ, ਗੁਰੂ ਨਾਨਕ ਦੇ 24 ਸਪਿਰਚੁਅਲ ਮੈਸੇਜ ਨੇ ਜੀ। ਮੈਂ ਤੁਹਾਨੂੰ ਇਹੀ ਰਿਕੁਐਸਟ ਕਰਾਂਗਾ, ਜਾਂ ਤਾਂ ਤੁਸੀਂ ਆਪਣਾ ਟੈਲੀਫੋਨ ਨੰਬਰ ਦੇ ਦਿਓ ਜੀ, ਜਾਂ ਮੈਂ ਤੁਸੀਂ ਰਿਆੜ ਤੋਂ ਲੈ ਲੈਣਾ। ਤੁਸੀਂ ਮੇਰੀ ਈਮੇਲ ਆਈਡੀ ਲੈ ਲਓ ਜੀ, harkirat@justbroadcasting.com ਜਾਂ ਫਿਰ info@justbroadcasting.com ਦੇ ਉੱਤੇ ਤੁਸੀਂ ਮੈਨੂੰ ਭੇਜ ਦੇਣਾ ਜੀ। ਥੈਂਕ ਯੂ ਵੈਰੀ ਮਚ, ਤੁਸੀਂ ਆਪਣਾ ਕੰਸਰਨ ਜਿਹੜਾ ਉਹ ਜ਼ਾਹਿਰ ਕੀਤਾ, ਬਹੁਤ ਵਧੀਆ ਲੱਗਦਾ ਕਿ ਜਦ ਸਾਨੂੰ ਤੁਸੀਂ ਆਪਣੇ ਵਿਚਾਰ ਪੇਸ਼ ਕਰਦੇ ਹੋ ਨਾਲੇ ਸਪੋਰਟ ਕਰਦੇ ਹੋ। harkirat@justbroadcasting.com ਓਕੇ, ਮੈਂ ਤੁਹਾਨੂੰ ਇਹ ਭੇਜ ਦਾਂਗਾ ਜੀ। ਇਹਦੇ ਵਿੱਚੋਂ ਤੁਸੀਂ ਕੋਈ ਚੀਜ਼ ਵੀ ਬਸ ਜਿਹੜੀ ਵੀ ਲੈਣੀ ਹੋਵੇ ਲੈ ਸਕਦੇ, 15-16 ਪੇਜ ਦਾ ਠੀਕ ਹੈ ਜੀ। ਇਸੇ ਕਰਕੇ ਮੈਂ ਲਿਖਿਆ ਗੁਰਦੁਆਰੇ ਤੋਂ ਬਾਹਰ ਕਿਵੇਂ ਲਿਜਾ ਸਕਦੇ ਆਪਣੇ ਆਪਣੇ ਜਿਹੜੀ ਹੈਗੀ ਸਿੱਖਇਜ਼ਮ ਦੀ। ਥੈਂਕ ਯੂ ਵੈਰੀ ਮਚ ਹਰਨੇਕ ਸਿੰਘ ਜੀ, ਤੁਸੀਂ ਜ਼ਰੂਰ ਭੇਜੋ, ਮੈਂ ਜ਼ਰੂਰ ਪੜ੍ਹਾਂਗਾ ਔਰ ਉਸਦੇ ਉੱਤੇ ਮੈਂ ਤੁਹਾਨੂੰ ਰਿਪਲਾਈ ਕਰਕੇ ਫਿਰ ਜਿਹੜਾ ਵੀ ਕੰਸਰਨ ਹੋਏਗਾ ਜ਼ਰੂਰ ਪੁੱਛਾਂਗਾ। ਥੈਂਕ ਯੂ, ਮਿਹਰਬਾਨੀ ਤੁਹਾਡੀ। ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਸੁਖਵੰਤ ਸਿੰਘ ਸ਼ਰਮ ਬੋਲ ਰਿਹਾ। ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ, ਠੀਕ ਹੋ? ਠੀਕ ਹੈ ਜੀ। ਮੈਨੂੰ ਬੜਾ ਦੁੱਖ ਹੋਇਆ ਸੁਣ ਕੇ ਕਿ ਤੁਹਾਨੂੰ ਜੀ ਟ੍ਰੀਟ ਕੀਤਾ ਜੀ, ਤੇ ਮੇਰਾ ਖਿਆਲ ਹੈ
ਬੰਦਾ ਸ਼ਾਇਦ ਮਾੜਾ ਨਾ ਹੋਵੇ ਪਰ ਇਗਨੋਰੈਂਸ ਜ਼ਰੂਰ ਜੀ 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 ਸਿੰਪਥਾਈਜ਼ ਵਿਦ ਯੂ ਜੀ 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 ਅਸੀਂ ਦੋ ਤਿੰਨ ਚੀਜ਼ਾਂ ਮੈਂ ਸਾਂਝੀਆਂ ਕਰਨੀਆਂ ਜਿਹੜੇ ਸਾਨੂੰ ਤੁਹਾਡੇ ਲਈ ਵੀ ਤੇ ਹੋਰ ਆਡੀਅੰਸ ਲਈ ਵੀ ਯੂਸਫੁਲ ਹੋਏਗਾ ਨੰਬਰ 1 ਜੀ 1 ਦਸੰਬਰ ਨੂੰ ਜੀ ਮੈਨੂੰ ਇੱਥੇ ਪ੍ਰਸਟੀਨ ਚਰਚ ਨੇ ਇਨਵਾਈਟ ਕੀਤਾ ਜੀ ਟੂ ਟਾਕ ਔਨ ਸਿੱਖਿਜ਼ਮ ਠੀਕ ਹੈ ਜੀ ਤੇ ਮੈਨੂੰ ਉਹੀ ਪੋਡੀਅਮ ਦਿੱਤਾ ਜਿਹੜੇ ਸਰਮਨ ਕਰਦੇ ਆ ਪੈਸਟਰ ਜਿਹੜੇ ਜੀ ਜੀ ਡਾਕਟਰ ਸਾਹਿਬ ਸੋ ਆਈ ਵਿਲ ਲਿਟਰਲੀ ਪ੍ਰੀਚਿੰਗ ਸਿੱਖਿਜ਼ਮ ਔਨ ਔਨ ਦੇਅਰ ਪੋਡੀਅਮ ਵੈਰੀ ਨਾਈਸ ਬੜਾ ਉਹਨਾਂ ਨੇ ਸਵੀਕਾਰ ਦਿੱਤਾ ਜੀ ਤੇ ਦੋ ਵਾਰੀ ਉਹਨਾਂ ਨੇ ਕਲੈਪਿੰਗ ਕੀਤੀ ਤੇ ਇਟ ਮੇਡ ਮਾਈ ਡੇ ਆਈ ਥਿੰਕ ਇਹੀ ਸਭ ਤੋਂ ਵੱਡੀ ਰਿਕਗਨੀਸ਼ਨ ਹੈਗੀ ਹੈ ਕਿ ਅਸੀਂ ਉਹਨਾਂ ਦੇ ਹੀ ਪ੍ਰੋਗਰਾਮ ਦੇ ਵਿੱਚ ਜਾ ਕੇ ਉਹਨਾਂ ਦੇ ਹੀ ਮੰਚ ਦੇ ਉੱਤੇ ਜਾ ਕੇ ਅਸੀਂ ਆਪਣੀ ਗੱਲ ਕਹਿ ਕੇ ਆ ਜਾਈਏ ਤੇ ਰਾਈਟ ਉੱਥੋਂ ਉਦੋਂ ਬਾਅਦ ਮੈਨੂੰ ਈਮੇਲਸ ਆਈਆਂ ਰਾਈਟ ਤੇ ਲੈਟਰਸ ਆਈਆਂ ਰਾਈਟ ਤੇ ਟੈਲੀਫੋਨ ਆਏ ਤੇ ਕੋਈ 2-250 ਬੰਦਾ ਘੱਟ ਘੱਟ ਹੀ ਪਤਾ ਲੱਗਿਆ ਸਿੱਖ ਕੌਣ ਹੁੰਦੇ ਆ ਬਿਲਕੁਲ 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 ਉਹ ਮੈਂ ਵੀਡੀਓ ਭੇਜੀ ਆ ਬੀਬੀ ਪੈਨੀਕੌਰ ਨੂੰ ਜੀ 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 ਡਾਕਟਰ ਸਾਹਿਬ ਤੁਹਾਡੇ ਕੋਲ ਮੇਰਾ ਵੀ ਨੰਬਰ ਹੈਗਾ ਤੁਸੀਂ ਮੈਨੂੰ ਵੀ ਕਰ ਦਿਓ ਅਸੀਂ ਉਹਨੂੰ ਜ਼ਰੂਰ ਜਿਹੜੇ ਸਾਡੀ ਕਮਿਊਨਿਟੀ ਰਾਊਂਡ ਅਪ ਨਿਊਜ਼ ਚੱਲਦੀ ਉਹਦੇ ਵਿੱਚ ਜ਼ਰੂਰ ਚਲਾਵਾਂਗੇ ਹੁਣੇ ਕਰ ਦੇਣਾ ਤੇ ਇੱਕ ਦੋ ਚੀਜ਼ਾਂ ਹੋਰ ਜੀ ਇੱਥੇ ਕੈਲੀਫੋਰਨੀਆ 'ਚ ਸਿੱਖ ਅਵੇਅਰਨੈਸ ਮੰਥ ਸੀ ਨਵੰਬਰ ਦਾ ਠੀਕ ਹੈ ਜੀ ਅਸੀਂ ਦੋ ਸਿਟੀਜ਼ ਨੂੰ ਕੰਟੈਕਟ ਕੀਤਾ ਠੀਕ ਹੈ ਜੀ ਅਸੀਂ ਆਏ ਸੀਗੇ ਰੋਜ਼ਵਿਲ ਠੀਕ ਹੈ ਤੇ ਰਾਕਲੈਂਡ ਠੀਕ ਹੈ ਜੀ ਉਹ ਦੋਨਾਂ ਸਿਟੀ ਕਾਉਂਸਲਸ ਨੇ ਸਾਨੂੰ ਇਨਵਾਈਟ ਕੀਤਾ ਯੂ ਪ੍ਰੈਜ਼ੈਂਟ ਸਿੱਖਿਜ਼ਮ ਰਾਈਟ ਮਚ ਚੁਕੇ ਹਨ ਰਾਈਟ ਉਹਨਾਂ ਨੇ ਸਾਨੂੰ ਪਲੈਕਸ ਵੀ ਦਿੱਤੀਆਂ ਉਹਨਾਂ ਨੇ ਰਾਈਟ ਬਹੁਤ ਸਤਿਕਾਰ ਨਾਲ ਬੁਲਾਇਆ ਤੇ ਮੈਂ ਕਿਹਾ ਵੀ ਮੈਂ ਤਾਂ ਨਹੀਂ ਬੋਲਣਾ ਬਹੁਤਾ ਆਈ ਵਾਸ ਸਿੰਪਲੀ ਆਈ ਹੈਵ ਟ੍ਰੇਨਡ ਟੂ ਸਟੂਡੈਂਟਸ ਠੀਕ ਹੈ ਹੂ ਆਰ ਗੋਇੰਗ ਟੂ ਪ੍ਰੈਜ਼ੈਂਟ ਉਹਨਾਂ ਨੇ ਜੀ ਦੋ ਤਿੰਨ ਚਾਰ ਚਾਰ ਮਿੰਟ ਉਹਨਾਂ ਨੇ ਬੋਲੇ ਉੱਤੇ ਬਿਲਕੁਲ ਨਹੀਂ ਬਿਲਕੁਲ ਤੇ ਡਾਕਟਰ ਸਾਹਿਬ ਇੱਕ ਮੇਰੀ ਇਹ ਪਰਸਨਲ ਬੇਨਤੀ ਹੈਗੀ ਹੈ ਤੁਹਾਨੂੰ ਕਿ ਤੁਸੀਂ ਇੱਕ ਇਹ ਵੀ ਗੱਲ ਵੇਖਿਓ ਕਿ ਕਿਵੇਂ ਅਸੀਂ ਕੈਲੀਫੋਰਨੀਆ ਦੇ ਵਿੱਚ ਵੈਸੇ ਕਈ ਸਾਡੇ ਜਿਹੜੇ ਸਾਡੇ ਅਦਾਇਰੇ ਹਨ ਜਿਹੜੇ ਔਰਗਨਾਈਜੇਸ਼ਨ ਹਨ ਉਹ ਕੰਮ ਤਾਂ ਕਰ ਰਹੀਆਂ ਹਨ ਉਹਨਾਂ ਨੇ ਇਸ ਮੁਕਾਮ ਨੂੰ ਹਾਸਿਲ ਵੀ ਕੀਤਾ ਪਰ ਕਿਵੇਂ ਅਸੀਂ ਸਕੂਲ ਸਿਸਟਮ ਨੂੰ ਐਜੂਕੇਸ਼ਨ ਸਿਸਟਮ ਨੂੰ ਹੋਰ ਸਟਰੋਂਗ ਕਰ ਸਕਦੇ ਹਾਂ ਪੋਲੀਟੀਸ਼ੀਅਨਾਂ ਤੋਂ ਅਸੀਂ ਠੀਕ ਹੈ ਜਿੱਥੇ ਅਸੀਂ ਸਟਰੀਟ ਮੰਗਦੇ ਹਾਂ ਕਿ ਗੁਰਦੁਆਰਾ ਰੋਡ ਕਰ ਦਿਓ ਖਾਲਸਾ ਰੋਡ ਕਰ ਦਿਓ ਉਹ ਵੀ ਜ਼ਰੂਰੀ ਹੈ ਲੇਕਿਨ ਕਿਵੇਂ ਅਸੀਂ ਹੋਰ ਮੰਗਾਂ ਉਹਨਾਂ ਤੋਂ ਮੰਗ ਕੇ ਐਜੂਕੇਸ਼ਨ ਸਿਸਟਮ ਨੂੰ ਸਟਰੋਂਗ ਕਰ ਸਕਦੇ ਹਾਂ ਉਹਦੇ ਉੱਤੇ ਵੀ ਤੁਸੀਂ ਜ਼ਰੂਰ ਆਪਣੀ ਯੋਗਦਾਨ ਪਾਇਓ ਦੇਖੋ ਜੀ ਅਸੀਂ ਕਰ ਰਹੇ ਹਾਂ ਆਲਰੇਡੀ ਮੈਂ ਸਕੂਲ ਦੇ ਵਿੱਚ ਵਾਲੰਟੀਅਰ ਤੌਰ ਤੇ ਜਾਣਾ ਠੀਕ ਹੈ ਤੇ ਸਕੂਲ ਦੇ ਵਿੱਚ ਪ੍ਰਿੰਸੀਪਲ ਤੋਂ ਇਜਾਜ਼ਤ ਲੈ ਕੇ ਜਿੰਨੇ ਵੀ ਠੀਕ ਹੈ ਮਿਹਰਬਾਨੀ ਤੁਹਾਡੀ ਡਾਕਟਰ ਸਾਹਿਬ ਤੁਸੀਂ ਆਪਣੇ ਵਿਚਾਰ ਕੀਤੇ ਔਰ ਤੁਸੀਂ ਆਪਣਾ ਕੰਸਰਨ ਮੇਰੇ ਨਾਲ ਜ਼ਾਹਿਰ ਕੀਤਾ ਮੈਂ ਜ਼ਰੂਰ ਉਹਦੇ ਉੱਤੇ ਗੌਰ ਫਰਮਾਵਾਂਗਾ ਔਰ ਤੁਹਾਡੇ ਇਸ ਕੰਸਰਨ ਨੂੰ ਔਰ ਤੁਹਾਡੇ ਇਸ ਯੋਗਦਾਨ ਨੂੰ ਜ਼ਰੂਰ ਅਸੀਂ ਅੱਗੇ ਵੀ ਲੈ ਕੇ ਜਾਵਾਂਗੇ ਮਿਹਰਬਾਨੀ ਤੁਹਾਡੀ ਧੰਨਵਾਦ ਧੰਨਵਾਦ ਤੁਹਾਡਾ ਮੇਰੇ ਨਾਲ ਹੋਰ ਵੀ ਕਾਲਰਸ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਗੁਰਪ੍ਰੀਤ ਸਿੰਘ ਪਵਰ ਬੋਲ ਰਿਹਾ ਜੀ ਗੁਰਪ੍ਰੀਤ ਸਿੰਘ ਜੀ ਹਾਂਜੀ ਤੁਸੀਂ ਅੱਜ ਜਿਹੜੀ ਕੰਸਰਨ ਜਿਹੜਾ ਮੈਟਰ ਅੱਜ ਦਾ ਮੁੱਦਾ ਹੈਗਾ ਕਿ ਆਪਾਂ ਆਪਣੇ ਸਿੱਖ ਯੂਥ ਕਿੱਥੇ ਲੈਕ ਕਰ ਰਿਹਾ ਰਾਈਟ 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 ਮੇਰੇ ਹਿਸਾਬ ਨਾਲ ਜਿਹੜਾ ਸਿੱਖ ਯੂਥ ਲੈਕ ਕਰ ਰਿਹਾ ਕਿ ਆਪਣੇ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਕਿ ਇੱਥੇ ਯੂਨਾਈਟਿਡ ਸਟੇਟ ਦੇ ਵਿੱਚ ਹਰ ਇੱਕ ਗੁਰੂ ਘਰ ਹੈ ਜਿਹੜੇ ਹਰ ਇੱਕ ਸਟੇਟ ਦੇ ਵਿੱਚ ਪਰ ਜਿਹੜੀ ਕਮੀ ਆ ਰਹੀ ਹੈ ਜਿਹੜੇ ਆਪਣਾ ਪੰਜਾਬੀ ਸਕੂਲ ਨਹੀਂ ਬਣਾ ਰਹੇ ਹੈ ਜੀ ਰਾਈਟ ਰਾਈਟ ਸੋ ਜੂਸ਼ ਕਮਿਊਨਿਟੀ ਅੱਗੇ ਜਾ ਰਹੀ ਹੈ ਬਿਕੋਜ਼ ਪੰਜਾਬੀ ਸਕੂਲਸ ਹੈ ਜਿਹੜੇ ਨੇ ਉਹ ਜੂਸ਼ ਕਮਿਊਨਿਟੀ ਹਰ ਥਾਂ 'ਤੇ ਅੱਗੇ ਜਾ ਰਹੀ ਹੈ ਰਾਈਟ ਰਾਈਟ ਸੋ ਜਿਹੜੇ ਸਾਡੇ ਵਡੇਰੇ ਨੇ ਉਹ ਕੀ ਕਰ ਰਹੇ ਨੇ ਪ੍ਰਧਾਨੀਆਂ ਦੇ ਪਿੱਛੇ ਲੜਾਈਆਂ ਕਰਕੇ ਆਪਣੇ ਯੂਥ ਨੂੰ ਇੱਕ ਸਿੱਖਿਜ਼ਮ ਬਾਰੇ ਕੁਝ ਦੱਸਦਾ ਬਿਲਕੁਲ ਉਹ ਐਮਪਾਵਰਮੈਂਟ ਨਹੀਂ ਕਰ ਪਾ ਰਹੇ ਉਹਨਾਂ ਨੂੰ ਬਿਲਕੁਲ ਸਹੀ ਗੱਲ ਐਗਜ਼ੈਕਟਲੀ ਰਾਈਟ ਮੈਂ ਵੀ ਪਾਰਟ ਆਫ ਦਾ ਯੂਥ ਹੈਗਾ ਵਾਂ ਜੀ ਪਰ ਮੈਨੂੰ ਲੱਗਦਾ ਕਿ ਜਿਹੜੀ ਜਰਸੀ ਸਟੇਟ ਹੈ ਦੇ ਆਰ ਡੂਇੰਗ ਰੀਲੀ ਗੁੱਡ ਠੀਕ ਹੈ ਜੀ ਵੀ ਹੈਵ ਅ ਫਰਸਟ ਸਿੱਖ ਟਰਬਨ ਮੇਅਰ ਰਵੀ ਬਾਲਾ ਹੀ ਇਜ਼ ਡੂਇੰਗ ਅ ਗ੍ਰੇਟ ਜੌਬ ਜੀ ਵੀ ਹੈਵ ਅ ਫਰਸਟ ਸਿੱਖ ਅਟਾਰਨੀ ਜਨਰਲ ਜੀ ਟਰਬਨ ਗਾਈ ਹੂ ਇਜ਼ ਡੂਇੰਗ ਅ ਗੁਰਬੀਰ ਗਰੇਵਾਲ ਹੀ ਇਜ਼ ਡੂਇੰਗ ਅ ਗ੍ਰੇਟ ਜੌਬ ਕਰੈਕਟ ਹਾਂਜੀ ਇੱਕ ਆਪਾਂ ਇਵੈਂਟ ਕੀਤਾ ਸੀ ਜਰਸੀ ਦੇ ਵਿੱਚ ਨਵੰਬਰ 23 ਨੂੰ ਜੀ ਆਪਣੇ ਜਸ ਪੰਜਾਬੀ ਨੇ ਮੈਨੂੰ ਲੱਗਦਾ ਕੋਰਸ ਸਪਾਂਸਰ ਕੀਤਾ ਸੀ ਉਹਦਾ ਨਾਮ ਹੈ ਵਨਨੈਸ ਅਲਾਈਡ ਫਾਰ ਹਿਊਮੈਨਿਟੀ ਆਫ ਕੋਰਸ ਯੈਸ ਬਿਲਕੁਲ ਕੀਤਾ ਸੀ ਜੀ ਹਾਂਜੀ ਉੱਥੇ 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 ਇਵੈਂਟ ਦੇ ਵਿੱਚ ਬਾਹਰ ਵਾਲੀ ਕਮਿਊਨਿਟੀ ਨੂੰ ਇਨਵਾਈਟ ਕੀਤਾ ਸੀ ਉੱਥੇ ਸਪੀਕਰ ਆਇਆ ਸੀ ਓਵਰ ਦੈਟ ਵਾਸ ਅ ਰੀਅਲੀ ਗੁੱਡ ਪ੍ਰੋਗਰਾਮ ਐਂਡ ਉਹਦੇ ਵਿੱਚ ਬਹੁਤ ਵਧੀਆ ਅਸੀਂ ਰਿਕਗਨੀਸ਼ਨ ਆਪਣੀ ਦੱਸਣ ਦੇ ਵਿੱਚ ਕਾਮਯਾਬ ਵੀ ਹੋਏ ਹਾਂਜੀ ਆਈ ਥਿੰਕ ਵੀ ਨੀਡ ਸੱਚ ਕਾਈਂਡ ਆਫ ਪ੍ਰੋਗਰਾਮਸ ਸਾਨੂੰ ਹੋਰ ਚਾਹੀਦੇ ਹਨ ਕਿ ਆਪਾਂ ਇਸ ਤਰੀਕੇ ਨਾਲ ਕਰਦੇ ਰਹੀਏ ਤਾਂ ਕਿ ਹੋਰ ਅਸੀਂ ਅਵੇਅਰਨੈਸ ਜਿਹੜੀ ਹੈ ਉਹ ਕ੍ਰੀਏਟ ਕਰ ਸਕੀਏ ਹਾਂਜੀ ਕਿ ਅਸੀਂ ਅਵੇਅਰਨੈਸ ਆਪਣੇ ਕ੍ਰੀਏਟ ਕਰੀਏ ਜਿੰਨੀ ਵੀ ਹੋ ਸਕੇ ਕਰੈਕਟ ਮਿਹਰਬਾਨੀ ਤੁਹਾਡੀ ਹਾਂਜੀ ਥੈਂਕ ਯੂ ਸੋ ਮਚ ਥੈਂਕ ਯੂ ਵੈਰੀ ਮਚ ਫਾਰ ਯੂਰ ਕੰਸਰਨ ਮੇਰੇ ਨਾਲ ਹੋਰ ਵੀ ਕਾਲਰਸ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹੈਲੋ 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 ਮੈਂ ਆਪਣੇ ਦਰਸ਼ਕਾਂ ਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ
ਜਦ ਕਾਲ ਕਰਦੇ ਹੋ ਤਾਂ ਸ਼ਾਇਦ ਤੁਸੀਂ ਮਿਊਟ ਕਰ ਲੈਂਦੇ ਹੋਣੇ ਤਾਂ ਤੁਸੀਂ ਜ਼ਰੂਰ ਉਹਦੇ 'ਤੇ ਧਿਆਨ ਦਿਆ ਕਰੋ। ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਹੈਲੋ 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 ਜੀ, ਸਤਿ ਸ਼੍ਰੀ ਅਕਾਲ ਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਹਾਂ ਸਤਿ ਸ਼੍ਰੀ ਅਕਾਲ ਜੀ, ਮੈਂ ਬਹਾਦਰ ਸਿੰਘ ਸਿਆਟਲ ਤੋਂ ਬੋਲ ਰਿਹਾ। ਸਤਿ ਸ਼੍ਰੀ ਅਕਾਲ ਬਹਾਦਰ ਸਿੰਘ ਜੀ, ਠੀਕ ਹੋ? ਬਿਲਕੁਲ ਫਸਟ ਕਲਾਸ। ਮੈਂ ਇਸ ਤਰ੍ਹਾਂ ਤੁਹਾਡੇ ਨਾਲ ਗੱਲਾਂ ਕਰਨਾ ਚਾਹਾਂਗਾ ਜੀ ਕਿ ਮੈਂ ਇਸ ਗੱਲ ਤੇ ਬੜਾ ਹੈਰਾਨ ਹਾਂ ਜੀ ਕਿ ਅਸੀਂ ਬੜਾ ਸ਼ੋਰ ਮਚਾ ਰਹੇ ਹਾਂ ਕਿ ਅਸੀਂ ਪੰਜਾਬੀ ਦਾ ਬਹੁਤ ਕੁਝ ਕਰੀਏ ਜੀ, ਲੇਕਿਨ ਗੁਰਦੁਆਰਿਆਂ ਦੇ ਵਿੱਚ ਕਦੇ ਵੀ ਕਿਸੇ ਵੀ ਗੁਰਦੁਆਰੇ ਵਿੱਚ ਯੂਥ ਨੂੰ ਰਿਪ੍ਰੈਜ਼ੈਂਟੇਸ਼ਨ ਨਹੀਂ ਦਿੱਤੀ ਜਾਂਦੀ। ਐਗਜ਼ੈਕਟਲੀ ਕਰੈਕਟ। ਨੰਬਰ 1, ਹਾਂ ਦੋਸਤ, 168 ਘੰਟਿਆਂ ਦੇ ਵਿੱਚ ਜੀ ਸਕੂਲ ਦੇ ਬੱਚਿਆਂ ਨੂੰ ਸਿਰਫ 2 ਘੰਟੇ ਦਾ ਟਾਈਮ ਹੁੰਦਾ ਜਿਹਦੇ ਵਿੱਚ ਲੰਗਰ ਛਕਾਉਣਾ ਤੇ ਪੀਜ਼ਾ ਛਕਾਉਣਾ ਤੇ ਇੱਕ ਘੰਟਾ ਉਹਨਾਂ ਨੂੰ ਪੰਜਾਬੀ ਪੜਾਉਣਾ ਜਾਂ ਸਿੱਖ ਹਿਸਟਰੀ ਪੜਾਉਣਾ ਜਾਂ ਹੋਰ ਜੋ ਕੁਝ ਵੀ ਕਰਨਾ ਕਰਾਉਣਾ ਜੀ, ਤੁਸੀਂ ਦੱਸੋ ਮੈਨੂੰ ਕਿ ਇੱਕ ਘੰਟੇ ਵਿੱਚ ਅਸੀਂ ਉਸ ਬੱਚੇ ਨੂੰ ਕਿੰਨੀ ਕੁ ਪੰਜਾਬੀ ਪੜ੍ਹਾ ਸਕਾਂਗੇ ਔਰ ਕਿੰਨੀ ਕੁ ਉਹ ਸਿੱਖ ਸਕਣਗੇ ਜਦੋਂ ਕਿ ਸਾਰਾ ਟਾਈਮ ਉਹਨਾਂ ਨੇ ਸਕੂਲ ਦੇ ਵਿੱਚ ਅੰਗਰੇਜ਼ੀ ਵਿੱਚ ਗੱਲ ਕਰਨੀ ਹੈ, ਉਸ ਤੋਂ ਬਾਅਦ ਘਰ ਵਿੱਚ ਵੀ ਆ ਕੇ ਅੰਗਰੇਜ਼ੀ ਵਿੱਚ ਗੱਲ ਕਰਨੀ ਹੈ ਜੀ। ਹਰ ਘਰ ਨੂੰ ਇਹ ਚਾਹੀਦਾ ਕਿ ਆਪਣੇ ਬੱਚਿਆਂ ਨਾਲ ਘਰ ਵਿੱਚ ਇਸ ਗੱਲ ਨੂੰ ਫੈਸਲਾ ਕਰਨ ਕਿ ਤੁਸੀਂ ਸਿਰਫ ਤੇ ਸਿਰਫ ਪੰਜਾਬੀ ਬੋਲਣੀ ਹੈ ਜੀ ਜੀ, ਤਾਂ ਤੇ ਉਹ ਬੱਚੇ ਕੁਛ ਸਿੱਖ ਸਕਣਗੇ ਜੀ। ਨਹੀਂ ਤਾਂ ਸੱਚਮੁੱਚ 750 ਗੁਰਦੁਆਰਾ ਇਸ ਵਕਤ ਅਮਰੀਕਾ ਵਿੱਚ ਹੈ, ਕਿਸੇ ਵਿੱਚ ਵੀ ਕੋਈ ਯੂਥ ਨੂੰ ਰਿਪ੍ਰੈਜ਼ੈਂਟੇਸ਼ਨ ਕਿਸੇ ਕਾਸਟ ਤੇ ਨਹੀਂ ਦਿੱਤੀ ਜਾਂਦੀ। ਬਿਲਕੁਲ ਬਿਲਕੁਲ। ਇਸ ਪ੍ਰਤੀ ਮੈਂ ਆਪਣੇ ਰੈਂਟਨ ਗੁਰਦੁਆਰੇ ਵਿੱਚ ਲਿਖ ਕੇ ਸਾਰਾ ਪ੍ਰੋਗਰਾਮ ਦਿੱਤਾ ਕਿ ਤੁਸੀਂ ਯੂਥ ਨੂੰ, ਬੀਬੀਆਂ ਨੂੰ, ਛੋਟੇ ਬੱਚਿਆਂ ਨੂੰ ਪ੍ਰੋਗਰਾਮ ਦਿਓ ਜਿਸ ਤਰ੍ਹਾਂ ਕਿ ਅਮਰੀਕਨ ਸਿੱਖ। ਸਾਨੂੰ ਲੱਗਦਾ ਕਿ ਆਪਣੇ ਹੀ ਕਲਚਰ ਤੋਂ, ਆਪਣੇ ਹੀ ਇਤਿਹਾਸ ਤੋਂ ਸਿੱਖਣਾ ਚਾਹੀਦਾ ਕਿ ਕਿਵੇਂ ਗੁਰੂ ਸਾਹਿਬ ਨੇ ਵੀ ਆਪਣੇ ਬੱਚਿਆਂ ਨੂੰ ਅੱਗੇ ਕੀਤਾ ਕਿ ਜਾਓ। ਐਗਜ਼ੈਕਟਲੀ ਰਾਈਟ। ਔਰ ਉਹਨਾਂ ਨੇ ਕਰਕੇ ਵੀ ਵਿਖਾਇਆ, ਅਸੀਂ ਉਹਨਾਂ ਨੂੰ ਮੌਕਾ ਤਾਂ ਦਿੱਤਾ ਘੱਟੋ ਘੱਟ। ਹਰ ਗੁਰਦੁਆਰੇ ਵਿੱਚ ਜਦੋਂ ਸਾਹਿਬਜ਼ਾਦਿਆਂ ਦਾ ਦਿਨ ਆਉਂਦਾ ਆਖਰੀ ਦਸੰਬਰ ਦੇ ਦਿਨਾਂ ਵਿੱਚ, ਉਸ ਵਕਤ ਹਰ ਥਾਂ ਦੇ ਉੱਤੇ ਜੀ ਬੱਚਿਆਂ ਨੂੰ ਇਹ ਕੁਝ ਦੇਣਾ ਚਾਹੀਦਾ। ਬਿਲਕੁਲ, ਉਹਨਾਂ ਨੂੰ ਹੁੰਗਾਰਾ ਦੇਣਾ ਚਾਹੀਦਾ। ਬਹਾਦਰ ਸਿੰਘ ਜੀ, ਕੋਈ ਵੀ ਨਹੀਂ, ਥੈਂਕ ਯੂ ਵੈਰੀ ਮੱਚ ਤੁਹਾਡੇ ਕੰਸਰਨ ਦੇ ਲਈ, ਕਿਉਂਕਿ ਮੈਨੂੰ ਇੱਥੇ ਜਿਹੜਾ ਬ੍ਰੇਕ ਲਈ ਰੁਕਣਾ ਪਏਗਾ। ਮੇਰੇ ਨਾਲ ਕਾਫੀ ਸਾਰੇ ਕਾਲਰਸ ਜੁੜੇ ਹੋਏ ਹਨ, ਜੇਕਰ ਤੁਸੀਂ ਵੀ ਕਾਲ ਕਰਨਾ ਚਾਹੁੰਦੇ ਹੋ ਹੇਠ ਲਿਖੇ ਨੰਬਰ ਉੱਤੇ ਕਾਲ ਕਰ ਸਕਦੇ ਹੋ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕਾਫੀ ਸਾਰੇ ਕਾਲਰ ਸਾਡੇ ਨਾਲ ਜੁੜੇ ਹੋਏ ਹਨ ਔਰ ਮੈਂ ਉਹਨਾਂ ਸਾਰੇ ਕਾਲਰਸ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਜਿਨ੍ਹਾਂ ਨੇ ਆਪਣੇ ਕੰਸਰਨਸ ਅੱਜ ਇਸ ਮੰਚ ਦੇ ਉੱਤੇ ਰੱਖੇ। ਔਰ ਮੈਨੂੰ ਲੱਗਦਾ ਹੈ ਕਿ ਜਿੱਥੇ ਸਾਡੇ ਕਾਲਰਸ ਇਹੀ ਕਹਿੰਦੇ ਹੋਏ ਨਜ਼ਰ ਆਏ ਕਿ ਸਾਨੂੰ ਆਪਣੇ ਯੂਥ ਨੂੰ, ਯਾਨੀ ਕਿ ਆਪਣੀ ਨਵੀਂ ਪਨੀਰੀ ਨੂੰ ਇੰਪਾਵਰ ਕਰਨਾ ਪੈਣਾ, ਉਹਨਾਂ ਨੂੰ ਅੱਗੇ ਲਿਆਉਣਾ ਪੈਣਾ, ਕਿਉਂਕਿ ਉਹੀ ਭਵਿੱਖ ਹਨ ਇਸ ਧਰਤੀ ਦੇ ਉੱਤੇ, ਔਰ ਕਿਵੇਂ ਉਹ ਆਪਣੀ ਰਿਕੋਗਨੀਸ਼ਨ ਨੂੰ ਔਰ ਕਿਵੇਂ ਉਹ ਇਸ ਇਤਿਹਾਸ ਨੂੰ ਜਾ ਕੇ ਵੱਖ ਵੱਖ ਕਮਿਊਨਿਟੀਆਂ ਦੇ ਜਿਹੜੇ ਬੱਚੇ ਹਨ, ਕਿਉਂਕਿ ਬੱਚੇ ਦਾ ਰਾਬਤਾ ਜਦ ਬੱਚੇ ਦੇ ਨਾਲ ਹੁੰਦਾ, ਕਹਿਣ ਦਾ ਭਾਵ ਹੈ ਵਿਦਿਆਰਥੀ ਦਾ ਰਾਬਤਾ ਜਦ ਵਿਦਿਆਰਥੀ ਦੇ ਨਾਲ ਹੁੰਦਾ ਤਾਂ ਉਹ ਜਾ ਕੇ ਜ਼ਰੂਰ ਦੱਸਦਾ ਆਪਣੇ ਬਾਰੇ, ਆਪਣੇ ਰਿਲੀਜਨ ਬਾਰੇ, ਤਾਂ ਉਹ ਵੀ ਇੱਕ ਆਪਣੇ ਆਪ 'ਚ ਪ੍ਰਚਾਰ ਹੈਗਾ। ਜਦ ਤੱਕ ਅਸੀਂ ਇਹ ਸ਼ੁਰੂਆਤ ਗੁਰਦੁਆਰਾ ਸਾਹਿਬਾਨਾਂ ਤੋਂ ਨਹੀਂ ਕਰਾਂਗੇ, ਜਿੱਥੇ ਮੈਨੂੰ ਲੱਗਦਾ ਕਿ ਗੁਰਦੁਆਰਾ ਸਾਹਿਬਾਨ ਕਰ ਵੀ ਰਹੇ ਹਨ, ਲੇਕਿਨ ਹੋਰ ਕੀ ਕੁਝ ਨਰਚਰ ਕਰਨ ਦੀ ਲੋੜ ਹੈ, ਇਸ ਦੇ ਉੱਤੇ ਵੀ ਵਿਚਾਰ ਕਰਨ ਦੀ ਲੋੜ ਬਣਦੀ ਹੈ। ਚੱਲਦੇ ਆਪਣੇ ਦਰਸ਼ਕਾਂ ਦੇ ਕੋਲ, ਕਾਫੀ ਲੰਬੀ ਕਿਊ ਹੈਗੀ ਹੈ ਦਰਸ਼ਕਾਂ ਦੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ, ਡਾਕਟਰ ਸੁਖਵਿੰਦਰ ਸਿੰਘ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਠੀਕ ਹੋ? ਕੈਲੀਫੋਰਨੀਆ ਤੋਂ ਜੀ। ਡਾਕਟਰ ਸੁਖਵਿੰਦਰ ਸਿੰਘ ਜੀ, ਠੀਕ ਹੋ? ਹਾਂਜੀ ਬਿਲਕੁਲ ਠੀਕ ਹਾਂ। ਮੈਂ ਇੱਕ ਨਵਾਂ ਸੁਜੈਸ਼ਨ ਦੇਣ ਲੱਗਿਆ ਜੀ, ਕਿਉਂਕਿ ਨਗਰ ਕੀਰਤਨ ਹੈ, ਜੋ ਵੀ ਕਰਦੇ ਆ, ਵੱਧ ਤੋਂ ਵੱਧ 100-200 ਬੰਦਾ ਅਮਰੀਕਨ ਦੇਖਦਾ ਹੋਣਾ। ਇਹ ਅਮਰੀਕਨ ਜਿਹੜੇ ਮਿਲੀਅਨਸ ਆਫ ਅਮਰੀਕਨ ਜਿਹੜੇ ਨੇ ਨਾ, ਜਿਹੜੀ ਚੀਜ਼ ਨੂੰ ਦੇਖਦੇ ਨੇ ਤੇ ਇਹਨਾਂ ਦਿਮਾਗ ਬਹਿੰਦੇ ਨੇ, ਉਹ ਹਾਈਲੀ ਪ੍ਰੋਫਾਈਲਡ ਏਰੀਆਜ਼ ਨੇ, ਸਪੋਰਟਸ, ਪੋਲਿਟਿਕਸ ਐਂਡ ਐਜੂਕੇਸ਼ਨ। ਜੀ, ਵੀ ਨੀਡ ਟੂ ਪਰਸਿਊ ਐਕਸਲੈਂਸ ਇਨ ਦੋਸ ਥਿੰਗਸ। ਅੱਜ ਕੋਈ ਸਰਦਾਰ ਬੈਡਮਿੰਟਨ ਮੈਚ ਜਿੱਤ ਲਏ ਟੈਨਿਸ ਦਾ, ਜਾਂ ਓਪਨ ਅਮਰੀਕਨ ਟੈਨਿਸ ਜਿੱਤ ਲਏ, ਮਿਲੀਅਨ ਅਮਰੀਕਨ ਦੇਖਣਗੇ ਉਹਨੂੰ। ਫੁੱਟਬਾਲ ਚ ਆ ਜਾਏ ਕੋਈ, ਨੋਬਲ ਪ੍ਰਾਈਜ਼ ਵਿਨ ਕਰ ਲਏ, ਜਾਂ ਪੋਲਿਟਿਕਸ ਦੇ ਵਿੱਚ ਕੋਈ ਅੱਗੇ ਆ ਜਾਏ, ਸਾਨੂੰ ਹਾਈਲੀ ਪ੍ਰੋਫਾਈਲਡ ਜਿੰਨੇ ਐਰੀਨਾ ਨੇ ਉਹਦੇ ਵਿੱਚ ਸਾਨੂੰ ਪਰਸੂਟ ਆਫ ਐਕਸਲੈਂਸ ਕਰਨਾ ਚਾਹੀਦਾ, ਤਾਂ ਜੋ ਇੰਸਟੈਡ ਆਫ ਮੀਡੀਆਕਰ ਲੈਵਲ ਵੀ ਸ਼ੋ ਵਿੱਚ ਮਿਲੀਅਨ ਅਮਰੀਕਨ ਵਾਚ, ਉਦੋਂ ਇਹਨਾਂ ਦੇ ਦਿਮਾਗ 'ਚ ਬੈਠ ਜਾਏਗੀ, ਹਾਂ ਇਹ ਸਿੱਖ ਹੁੰਦੇ ਨੇ। ਜਸਪਾਲ ਸਿੰਘ ਜੀ, ਠੀਕ ਹੋ? ਮੈਂ ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਬੜਾ ਦੁੱਖ ਲੱਗਿਆ ਸੁਣ ਕੇ ਜੋ ਤੁਹਾਡੇ ਨਾਲ ਵਾਪਰਿਆ। ਚਲੋ, ਸ਼ੁਕਰਗੁਜ਼ਾਰ ਹਾਂ ਵਾਹਿਗੁਰੂ ਦਾ ਜੀ,
ਕਿ ਕੋਈ ਮਤਭਾਗੀ ਗੱਲ ਇਦਾਂ ਦੀ ਨਹੀਂ ਹੋਈ ਜੀ। ਸੋ ਮੇਰੇ ਡਾਕਟਰ ਸਾਹਿਬ ਉਹਨਾਂ ਨੇ ਮਨਵੀਰ ਸਿੰਘ ਨੇ ਜਿਹੜਾ ਸੁਝਾਅ ਦਿੱਤਾ ਹੈ ਕਾਰਡ ਬਣਾ ਕੇ ਤੇ ਕੁਛ ਜੀ ਕੁਛ ਗੱਲਾਂ ਉਹਦੇ ਤੇ ਛਾਪ ਕੇ ਜੀ ਸਿੱਖੀ ਧਰਮ ਬਾਰੇ ਸਿੱਖੀ ਬਾਰੇ ਦੱਸਣਾ ਬੜਾ ਵਧੀਆ ਸੁਝਾਅ ਹੈ। ਬਾਕੀ ਇੱਕ ਜੇ ਮੁੱਦਾ ਜਿਹੜਾ ਤੁਸੀਂ ਲੈ ਕੇ ਆਏ ਹੋ ਨਫ਼ਰਤ ਅਪਰਾਧ ਵਿਤਕਰਾ ਧੱਕੇਸ਼ਾਹੀ ਦਾ, ਇਹ ਜਿਹੜਾ ਤੁਸੀਂ ਕੁਛ ਛੋਟੇ ਸਿੱਖੀ ਬਾਰੇ ਚਾਰ ਸਬਜੈਕਟਾਂ ਬਾਰੇ ਉਸ ਬਾਰੇ ਤਾਂ ਕੋਈ ਗੱਲ ਕਰਦੇ ਨੀ। ਜਿਹੜਾ ਗੱਲ ਪੰਜਾਬੀ ਬਾਰੇ, ਪੰਜਾਬੀ ਪੜ੍ਹਾਉਂਦੇ ਸਕੂਲਾਂ 'ਚ ਪੜ੍ਹਾਉਣੀ ਚਾਹੀਦੀ ਵੀ ਹੈ, ਠੀਕ ਹੈ, ਜਿੰਨੀ ਕੁ ਘੰਟਾ ਕੁ ਹੈ ਉਹ ਬੱਚਿਆਂ ਨੂੰ ਖੁਲਾਉਣਾ ਪੜਾਉਣਾ ਇਹ ਡਿਫਰੈਂਟ ਹੈ, ਇਹ ਗੱਲਾਂ ਧੋਂਦੀ ਰਹਿੰਦੀਆਂ। ਪਰ ਸਾਨੂੰ ਆਪ ਹੀ ਚਾਹੀਦਾ ਹੈ ਕਿ ਅਸੀਂ ਆਪ ਹਿੰਮਤ ਮਾਰੀਏ। ਅੱਜ ਡਾਕਟਰ ਸਾਹਿਬ ਨੇ ਸੁਝਾਅ ਦਿੱਤਾ ਨਾ, ਇਹ ਸੁਝਾਅ ਮੈਨੂੰ ਬੜਾ ਪਸੰਦ ਆਇਆ, ਅਸੀਂ ਗੁਰਦੁਆਰੇ ਦੇ ਥਰੂ ਹੀ ਭਾਵੇਂ ਅਸੀਂ ਕਿਉਂ ਨਾ ਪ੍ਰਚਾਰ ਕਰੀਏ, ਇੱਦਾਂ ਦਾ ਪ੍ਰਚਾਰ ਕਰੀਏ। ਪੰਜਾਬੀ ਤਾਂ ਅਸੀਂ ਪੜ੍ਹਦੇ ਹਾਂ, ਅੰਗਰੇਜ਼ੀ ਵੀ ਪੜ੍ਹਦੇ ਹਾਂ, ਇਹ ਤਾਂ ਉਹ ਡਿਫਰੈਂਟ ਮੁੱਦਾ ਹੈ, ਰਾਈਟ, ਅਸੀਂ ਤਾਂ ਲੈ ਕੇ ਕੁਝ ਹੋਰ ਮੁੱਦਾ। ਸੋ ਇਹ ਮੈਨੂੰ ਤਾਂ ਬੜਾ ਅੱਛਾ ਲੱਗਿਆ ਡਾਕਟਰ ਸਾਹਿਬ ਦਾ ਸੁਝਾਅ ਜੀ। ਮਿਹਰਬਾਨੀ ਜਸਪਾਲ ਸਿੰਘ ਜੀ, ਮੇਰੇ ਨਾਲ ਹੋਰ ਵੀ ਕਾਲਰਸ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ 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 ਹਾਂਜੀ, ਹਰਕੀਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਮੈਂ ਬਹੁਤਾ ਇੱਕ ਮਿੰਟ ਨੂੰ ਦਿਓ, ਮੈਂ ਬਹੁਤੀ ਨਹੀਂ ਕਰਦਾ ਜੀ ਜੀ ਜੀ। ਬਾਕੀ ਇੱਕ ਗੱਲ, ਮੈਂ ਉਹ ਜਿਹੜਾ ਕਾਲਰ ਮੇਰੇ ਤੋਂ ਪਹਿਲਾਂ ਕਹਿ ਕੇ ਗਿਆ ਜੀ, ਪਿੱਛੇ ਝਾਤ ਮਾਰੋ ਕੀ ਆ ਉੱਥੇ, ਅਸੀਂ ਹਰਿਆਣੇ ਦੀ ਅੱਜ ਖਬਰ ਸੁਣੀ ਹੋਣੀ ਆ ਤੁਸੀਂ, ਉਹਦੇ ਵਿੱਚ ਪੰਜਾਬੀ ਤੇਲਗੂ ਨੂੰ ਆਪਣੀ ਦੂਜੀ ਭਾਸ਼ਾ ਬਣਾਤੀ ਆ, ਪੰਜਾਬੀ ਬੰਦ ਕਰ ਦਿੱਤੀ ਹਰਿਆਣੇ ਚੋ, ਕਿੰਨੀ ਦੁਨੀਆਂ ਉੱਥੇ ਆਪਣੇ ਸਿੱਖ ਆ। ਬਾਕੀ ਇੱਕ ਭਗਵਤ ਦਿਆਲ ਦਾ ਵੀ ਅੱਜ ਬਿਆਨ ਸੁਣਿਆ ਹੋਣਾ, ਉਹਨੂੰ ਇਹ ਨਹੀਂ ਪਤਾ ਵੀ ਆਪਣੇ ਦਸਵੇਂ ਪਾਤਸ਼ਾਹ ਨੇ ਸਾਰਾ ਪਰਿਵਾਰ ਭਾਰਤ ਦਾ ਸਾਡੇ ਹਿੰਦੂ ਧਰਮ ਦੀ ਖਾਤਰ, ਤੂੰ ਕਹਿੰਦਾ ਹੈ ਹੀ ਕੋਈ ਨੀ, ਹੋਰ ਹਰ ਸਿੰਧੂ ਹੀ ਆ ਸਾਰੇ ਇੱਥੇ 130 ਕਰੋੜ। ਬਾਕੀ ਹੁਣ ਇੱਕ ਹੋਰ ਜਿਹੜਾ ਮੇਰਾ ਹੈਗਾ, ਦੇਖੋ ਨਾ ਦਸਵੇਂ ਪਾਤਸ਼ਾਹ ਦਾ ਜਿਹੜਾ ਅਸੀਂ ਜਫ਼ਰਨਾਮਾ, ਉਹ ਇਰਾਨ ਦੀ ਯੂਨੀਵਰਸਿਟੀ ਅੱਜ ਕੱਲ ਸਬਜੈਕਟ ਆ ਉਹ ਪੜ੍ਹਾਇਆ ਜਾਂਦਾ ਜੀ 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 ਜੀ। ਇੱਥੇ ਕੀ ਕਰਦੇ ਆਪਣੇ ਸਿੱਖਾਂ ਦੇ, ਇੱਥੇ ਗੁਰਦੁਆਰੇ ਬਣਾਈ ਜਾਂਦੇ, ਕੋਈ ਪ੍ਰਚਾਰ ਹੈਗਾ ਇਹਨਾਂ ਦੇ, ਹਾਲੇ ਤੇ ਆਈਡੈਂਟੀਫਿਕੇਸ਼ਨ ਨਹੀਂ ਆਪਣੀ ਕਰਾ ਸਕੇ ਜੀ 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 ਬਿਲਕੁਲ ਤੁਸੀਂ ਸੁਝਾਅ ਸਹੀ ਦਿੱਤਾ ਕਿ ਇੱਥੇ ਆਈਡੈਂਟੀਫਿਕੇਸ਼ਨ ਕਰਨ ਦੀ ਲੋੜ ਹੈ। ਮੈਂ ਤੁਹਾਡੀ ਕਾਲ ਨੂੰ ਮੈਨੂੰ ਕੱਟਣਾ ਪਏਗਾ, ਮੈਂ ਮਾਫੀ ਚਾਹਾਂਗਾ ਕਿਉਂਕਿ ਮੈਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਲੇਕਿਨ ਮੈਂ ਆਪਣੇ ਉਹਨਾਂ ਸਾਰੇ ਦਰਸ਼ਕਾਂ ਤੋਂ ਵੀ ਮਾਫੀ ਮੰਗਣਾ ਚਾਹੁੰਦਾ ਜਿਨ੍ਹਾਂ ਦੀ ਕਾਲ ਨੂੰ ਮੈਂ ਪਿਕ ਨਹੀਂ ਕਰ ਸਕਿਆ, ਲੇਕਿਨ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ info@justbroadcasting.com, harkeerat@justbroadcasting.com ਦੇ ਉੱਤੇ। ਇਸ ਪੂਰੇ ਵੀਕ ਨੂੰ ਅਸੀਂ ਸਮਰਪਿਤ ਕੀਤਾ ਹੋਇਆ ਉਹਨਾਂ ਸਾਰੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਵਾਕਈ ਹੀ ਆਪਣਾ ਬਲੀਦਾਨ ਜਿਹੜਾ ਹੈਗਾ ਇਸ ਕੌਮ ਲਈ ਦਿੱਤਾ। ਲੇਕਿਨ ਆਪਾਂ ਕਿਵੇਂ ਵਚਨਬੰਦ ਹੋਵਾਂਗੇ ਔਰ ਕਿਵੇਂ ਅਸੀਂ ਕਹਾਂਗੇ ਪ੍ਰਾਊਡ ਟੂ ਬੀ ਸਿੱਖ, ਇਹੀ ਸੀਗਾ ਅੱਜ ਦਾ ਮੁੱਦਾ। ਧੰਨਵਾਦ, ਸਤਿ ਸ੍ਰੀ ਅਕਾਲ।